ਜਿਹੜਾ ਇੰਟਰਵਿਊ ਅਸੀਂ ਤੁਹਾਨੂੰ ਦਿਖਾਉਣ ਜਾ ਰਹੇ ਹਾਂ ਉਹ ਵਿਅਕਤੀ ਵਿਸ਼ੇਸ਼ ਦੀ رائے ਹੈ এবੀਪੀ ਸਾਂਝਾ ਦੀ ਨਹੀਂ ਇੰਟਰਵਿਊ 'ਚ ਮਹਿਮਾਨ ਵੱਲੋਂ ਕੀਤੇ ਗਏ ਦਾਅਵਿਆਂ ਅਤੇ ਇਲਜ਼ਾਮਾਂ ਦਾ এবੀਪੀ ਸਾਂਝਾ ਸਮਰਥਨ ਨਹੀਂ ਕਰਦਾ ਸਿੱਖ ਧਰਮ ਦੇ ਪ੍ਰਚਾਰਕ ਰঞ্জੀਤ ਸਿੰਘ ਢੱਡਰੀਆਂ ਵਾਲਿਆਂ ਤੇ ਲੁਧਿਆਣਾ 'ਚ ਜਾਨਲੇਵਾ ਹਮਲਾ ਹੋਇਆ ਇਸ ਜਾਨਲੇਵਾ ਹਮਲੇ ਤੋਂ ਬਾਅਦ ਉਹਨਾਂ ਦੇ ਇੱਕ ਸਾਥੀ ਦੀ ਮੌਤ ਵੀ ਹੋਈ ਰঞ্জੀਤ ਸਿੰਘ ਢੱਡਰੀਆਂ ਵਾਲਾ ਸਾਡੇ ਨਾਲ ਉਹਨਾਂ ਨਾਲ ਗੱਲਬਾਤ ਕਰਦੇ ਆਂ ਅ ਬਾਬਾ ਜੀ ਇਕੱਟਨਾ ਵਾਪਰੀ ਕਿ ਮੈਂ ਸਭ ਤੋਂ ਪਹਿਲਾਂ ਲੋਕ ਇਹ ਜਾਨਣਾ ਚਾਹੁੰਦੇ ਨੇ ਜੀ ਕੱਲ ਆਪਾਂ ਇਸੇਵਾਲ ਪਿੰਡ ਲੁਧਿਆਣਾ ਜ਼ਿਲ੍ਹੇ ਵਿੱਚ ਸਮਾਗਮ ਕਰਨ ਵਾਸਤੇ ਜਾ ਰਹੇ ਸੀ ਉਹ ਸਵੇਰ ਤੋਂ ਹੀ ਪਰਮੇਸ਼ਰਦوار ਗੁਰਮਤ ਪ੍ਰਚਾਰ ਮਿਸ਼ਨ ਦੇ ਉਹ ਸਾਡੇ ਨਾਲ ਪ੍ਰਚਾਰਕ ਨੇ ਸਾਡੇ ਮਿਸ਼ਨ ਦੇ ਵਿੱਚ ਤਕਰੀਬਨ 8-10 ਪ੍ਰਚਾਰਕ ਨੇ ਜਿਨ੍ਹਾਂ ਵਿੱਚ ਉਹ ਵੀ ਇੱਕ ਸਨ ਔਰ ਵੱਖ-ਵੱਖ ਸ਼ਹਿਰਾਂ ਪਿੰਡਾਂ ਵਿੱਚ ਦੂਰ ਤੱਕ ਪ੍ਰੋਗਰਾਮ ਕਰਨ ਵਾਸਤੇ ਜਾਂਦੇ ਸੀ ਸੋ ਕੱਲ ਸਾਡੇ ਕੋਲ ਆਏ ਹੋਏ ਸੀ ਸਾਰਾ ਦਿਨ ਅਸੀਂ ਇਕੱਠੇ ਰਹੇ ਤੇ ਈਸੇਵਾਲ ਪਿੰਡ ਲੁਧਿਆਣੇ ਜਾ ਰਹੇ ਸੀ ਜਦੋਂ ਜਦੋਂ ਅਸੀਂ ਇੱਥੋਂ ਤੁਰਨ ਲੱਗੇ ਤਾਂ ਮੈਂ ਹਮੇਸ਼ਾ ਕਹ ਲੋ ਵੀ ਕਦੇ-ਕਦੇ ਮੈਂ ਪਿਛਲੀ ਸੀਟ ਤੇ ਬੈਠ ਜਾਂਦਾ ਕਦੇ-ਕਦੇ ਮੈਂ ਅਗਲੀ ਸੀਟ ਤੇ ਬੈਠ ਜਾਂਦਾ ਫਰੰਟ ਸੀਟ ਤੇ ਤੇ ਉਸ ਦਿਨ ਫਿਰ ਉਹ ਮੈਂ ਪਿੱਛੇ ਬੈਠ ਗਿਆ ਉਹਨਾਂ ਨੂੰ ਮੈਂ ਕਿਹਾ ਤੁਸੀਂ ਬਾਬਾ ਜੀ ਅੱਗੇ ਬੈਠ ਜਾਓ ਉਹ ਅਗਲੀ ਸੀਟ ਤੇ ਬੈਠ ਗਏ ਕੁਦਰਤੀ ਉਹਨਾਂ ਨੇ ਦਸਤਾਰ ਵੀ ਮੇਰੇ ਵਰਗੀ ਬੰਨੀ ਹੋਈ ਸੀ ਤਾਂ ਅਸੀਂ ਇਕੱਠੇ ਗੱਲਾਂ ਬਾਤਾਂ ਕਰਦੇ ਕਦੇ ਮੇਰੀ ਗੱਡੀ 'ਚ ਨਹੀਂ ਬੈਠੇ ਪਹਿਲੀ ਵਾਰ ਉਹ ਗੱਡੀ ਮੇਰੀ ਵਿੱਚ ਬੈਠੇ ਸੀ ਤੇ ਜ਼ਿਆਦਾਤਰ ਉਹ ਪਿੱਛੇ ਆਪਣੀ ਗੱਡੀ 'ਚ ਹੀ ਆਉਂਦੇ ਸੀ ਮੈਂ ਕਿਹਾ ਮੇਰੇ ਨਾਲ ਆ ਜਾਓ ਅਸੀਂ ਇਕੱਠੇ ਤੋਂ ਜਾ ਰਹੇ ਸੀ ਰਹਿਰਾਸ ਦਾ ਪਾਠ ਕੀਤਾ ਸਮਾਪਤੀ ਕੀਤੀ ਜਦੋਂ ਲੁਧਿਆਣੇ ਆਪਾਂ ਪਹੁੰਚੇ ਤਾਂ ਨਹਿਰ ਦੇ ਨਾਲ-ਨਾਲ ਜਾਂਦੇ ਆਂ तकरीबन 7:40 ਦਾ ਟਾਈਮ ਹੋ ਗਿਆ ਜਦੋਂ ਉਦੋਂ ਥੋੜਾ-ਥੋੜਾ ਮੂਹ ਨੇਹਰਾ ਜਿਆ ਹੁੰਦਾ ਪਰ ਪ੍ਰੋਪਰ ਨੇਹਰਾ ਨਹੀਂ ਹੋਇਆ ਦਿਸਦਾ ਥੋੜਾ-ਥੋੜਾ ਤਾਂ ਅਸੀਂ ਜਦੋਂ ਨਹਿਰ-ਨਹਿਰ ਕੰਢੇ ਜਾ ਰਹੇ ਆਂ ਤਾਂ ਅਸੀਂ ਵੇਖਿਆ ਵੀ ਟੈਂਟ ਲੱਗਾ ਹੋਇਆ ਸੀ ਇੱਕ ਸਾਈਡ ਤੇ ਉਹ ਟੈਂਟ ਲੱਗਿਆ ਵੇਖ ਕੇ ਮੈਂ ਦੂਰੋਂ ਮੇਰੀ ਨਜ਼ਰ ਸਿਰਫ ਇੰਨੀ ਕਿ ਕੋਈ ਵੀ ਕੋਕ ਲੈ ਕੇ ਖੜਾ ਹੈ ਕੋਕ ਵਰਤਾ ਰੇ ਨੇ ਤਾਂ ਮੇਰੇ ਵਾਸਤੇ ਪਹਿਲੀ ਵਾਰ ਸੀ ਕਿ ਸ਼ਬੀਲ ਕੋਕ ਦੀ ਮੈਨੂੰ ਇੱਕਦਮ ਲੱਗਿਆ ਵੀ ਇਹ ਕਿਉਂ ਆ ਫਿਰ ਮੈਂ ਕਿਹਾ ਚਲੋ ਸ਼ਰਦਾ ਐਦਾਂ ਮੈਂ ਸੋਚ ਹੀ ਰਿਹਾ ਜੇ ਤਾਂ ਉਹਨਾਂ ਬੰਦਿਆਂ ਨੇ ਜਿਹੜੀ ਮੇਰੇ ਅੱਗੇ ਗੱਡੀ ਚੱਲਦੀ ਫੋਰਚੂਨਰ ਉਹਦੇ ਵਿੱਚ ਪੰਜ ਛੇ ਬੰਦੇ ਸੀ ਮੇਰੇ ਨਾਲ ਅਸੀਂ ਚਾਰ ਜਣੇ ਸੀ ਇੱਕ ਗੱਡੀ ਵਿੱਚ ਲੈਂਡ ਕਰੂਜ਼ਰ ਵਿੱਚ ਪਿੱਛੇ ਜਿਹੜੀ ਗੱਡੀ ਆ ਰਹੀ ਸੀ ਸਕੋਰਪੀਓ ਉਹਦੇ ਵਿੱਚ ਚਾਰ ਪੰਜ ਬੰਦੇ ਉਹਦੇ ਵਿੱਚ ਸੀ ਪਿੱਛੇ ਫਿਰ ਉਹਨਾਂ ਦੀ ਗੱਡੀ ਜਿਹੜੀ ਪਰਸਨਲ ਸੀ Anoa ਉਹਨਾਂ ਦੇ ਸਾਡੀਆਂ ਚਾਰ ਗੱਡੀਆਂ ਸੀ ਉਹ ਚਾਰ ਗੱਡੀਆਂ ਦਾ ਕਾਫਲਾ ਫਰੰਟ ਗੱਡੀ ਜਦੋਂ ਰੁਕੀ ਉਹ ਸਾਹਮਣੇ ਆਏ ਉਹਨਾਂ ਨੇ ਪੁੱਛਿਆ ਜੀ ਕਿ ਬੱਸ ਉਹਨਾਂ ਨੇ ਜਦੋਂ ਥੋੜਾ ਜਿਹਾ ਸ਼ੀਸ਼ਾ ਖੋਲਿਆ ਬਾਬਾ ਜੀ ਇੱਕ ਬੰਦੇ ਨੇ ਪੁੱਛਿਆ ਹੱਥ ਚ ਤਰੇ ਫੜੇ ਹੋਏ ਨੇ ਸਮਾਨ ਫੜਿਆ ਫਰੂਟੀਆਂ ਔਰ ਕੋਕ ਜਦੋਂ ਉਹਨਾਂ ਨੇ ਇਹਨੇ ਨੂੰ ਕਿਸੇ ਨੇ ਵੇਖ ਲਿਆ ਉਹ ਕਹਿੰਦੇ ਪਿੱਛੇ 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 ਆ ਗਏ ਆਗੇ 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 ਇਦਾਂ ਹੋਇਆ ਉਹਨਾਂ ਨੇ ਫਿਰ ਚਾਰ ਚਾਰ ਪੰਜ ਬੰਦੇ ਅਗਲੀ ਗੱਡੀ ਦੇ ਉੱਤੇ ਲੱਗ ਗਏ ਚਾਰ ਪੰਜ ਪਿਛਲੇ ਤੇ 10 15 ਬੰਦੇ ਮੇਰੀ ਗੱਡੀ ਚ ਸਭ ਤੋਂ ਪਹਿਲਾਂ ਉਹਨਾਂ ਦਾ ਪਲਾਨ ਸੀ ਕਿ ਸਪਰੇਅ ਛਿੜਕ ਦੇਣੀ ਹੈ ਸਾਰੇ ਸ਼ੀਸ਼ਿਆਂ ਤੇ ਤਾਂ ਜੋ ਗੱਡੀ 'ਚ ਕੁਝ ਦਿਸੇ ਨਾ ਬਾਹਰ ਵੀ ਭੱਜ ਨਾ ਸਕਣ ਗੱਡੀ ਭਜਾ ਨਾ ਡਰਾਈਵਰ ਸਕਣ ਸ਼ੀਸ਼ਿਆਂ ਤੇ ਸਪਰੇਅ ਛਿੜਕ ਦਿੱਤੀ ਸਾਰਿਆਂ ਤੇ ਕਿ ਗੱਡੀ ਭੱਜ ਨਾ ਸਕੇ ਉਸ ਤੋਂ ਬਾਅਦ ਉਹਨਾਂ ਨੇ ਹਥੌੜੀਆਂ ਰੱਖੀਆਂ ਸੀ ਆਪਾਂ ਹੁੰਦੀਆਂ ਜਿਹੜੀਆਂ ਕੁਹਾੜੀਆਂ ਕੁਹਾੜੀ ਕੁਹਾੜੀਆਂ ਤਿੱਖੀਆਂ ਕੀਤੀਆਂ ਹੋਈਆਂ ਸੀ ਕਿਉਂਕਿ ਕੁਹਾੜੀਆਂ ਸਾਡੀ ਗੱਡੀ 'ਚ ਰਹਿ ਗਈਆਂ ਤਿੰਨ ਚਾਰ ਕੁਹਾੜੀਆਂ ਸਾਡੀ ਗੱਡੀ 'ਚ ਨੇ ਫੋਰਚੂਨਰ ਵਿੱਚ ਕੁਹਾੜੀਆਂ ਤਿੱਖੀਆਂ ਪ੍ਰੋਪਰ ਕਰਕੇ ਲਿਆਏ ਸੀ ਔਰ ਸ਼ੀਸ਼ੇ ਤੋੜੇ ਉਹਨਾਂ ਨਾਲ ਦੋ ਕੰਮ ਕਰਨੇ ਪਹਿਲਾਂ ਸ਼ੀਸ਼ੇ ਫਿਰ ਟਾਇਰ 파ੜ ਦੇਣ ਗੱਡੀਆਂ ਦੇ ਟਾਇਰ 파ੜੋ ਗੱਡੀਆਂ ਭੱਜ ਨਾ ਸਕਣ ਇੱਕ ਦੋ ਗੱਡੀਆਂ ਅੱਗੇ ਲਾਤੀਆਂ ਦੋ ਪਿੱਛੇ ਲਾਤੀਆਂ ਉਹਨਾਂ ਕੋਲ ਚਾਰੇ ਗੱਡੀਆਂ ਦੇ ਵਿਚਾਲੇ ਚਾਰੇ ਵਿਚਾਲੇ ਆ ਗਈਆਂ ਉਹਨਾਂ ਕੋਲ ਵੀ ਚਾਰ ਗੱਡੀਆਂ ਸੀ ਉਹਨਾਂ ਕੋਲ ਵੀ ਚਾਰ ਤੋਂ ਪੰਜ ਗੱਡੀਆਂ ਹੋਣੀਆਂ ਪੰਜ ਹੋ ਸਕਦੀਆਂ ਤੇ ਜਦੋਂ ਉਹਨਾਂ ਨੇ ਇਦਾਂ ਫਰੰਟ ਵਾਲੀ ਗੱਡੀ ਰੋਕ ਕੇ ਤੋੜ ਲਈ ਆਪਣਾ ਉਹਨਾਂ ਨੇ ਪੁੱਛਿਆ ਤਾਂ ਉਹਨਾਂ ਨੇ ਸਾਰੀਆਂ ਗੱਡੀਆਂ ਦੇ ਸ਼ੀਸ਼ੇ ਤੋੜਨੇ ਸ਼ੁਰੂ ਕਰ ਦਿੱਤੇ ਚਾਰਾਂ ਦੇ ਮੇਰੇ ਵਾਲੀ ਜਿਹੜੀ ਗੱਡੀ ਸੀ ਉਹਦਾ ਸ਼ੀਸ਼ਾ ਉਹਨਾਂ ਨੇ ਵੇਖ ਕੇ ਮੇਰੇ ਵਾਲਾ ਸ਼ੀਸ਼ਾ ਤੋੜਿਆ ਉਸ ਤੋਂ ਬਾਅਦ ਇਹ ਪਹਿਲਾ ਸੀ ਕਿ ਸਪਰੇਅ ਕਰੋ ਦੂਜੇ ਨੰਬਰ ਤੇ ਉਹਨਾਂ ਦੇ ਸ਼ੀਸ਼ੇ ਤੋੜੋ ਤੇ ਤੀਸਰਾ ਸੀ ਸ਼ੂਟਰ ਤੇ ਉਹ ਜਿਹੜਾ ਬੰਦਾ ਸ਼ੂਟਰ ਸੀ ਉਹਨਾਂ ਦਾ ਉਹਨੇ ਮੈਨੂੰ ਜਿਸ ਤੱਕ ਲੱਗਦਾ ਉਹਨਾਂ ਨੇ ਇਹ ਲੱਗਦਾ ਸੀ ਵੀ ਸ਼ਾਇਦ ਇਹਨਾਂ ਦੀ ਗੱਡੀ ਬੋਲਟ ਪ੍ਰੂਫ ਨਾ ਹੋਵੇ ਕਿਉਂਕਿ ਥੋੜੀ ਨਾਲ ਸ਼ੀਸ਼ਾ ਤੋੜਾਂਗੇ ਉਸ ਤੋਂ ਬਾਅਦ ਫਿਰ ਗੋਲੀਆਂ ਚਲਾਵਾਂਗੇ ਸ਼ੱਕ ਸੀ ਉਹਨਾਂ ਨੂੰ ਬੋਲਟ ਸ਼ਾਇਦ ਮੈਨੂੰ ਲੱਗਦਾ ਉਹਨਾਂ ਨੇ ਸ਼ੀਸ਼ਾ ਤਾਂ ਮੇਰਾ ਤੋੜਿਆ ਉਹ ਬੰਦਿਆਂ ਨੂੰ ਪਤਾ ਸੀ ਕਿ ਮੈਂ ਪਿੱਛੇ ਆ ਪਰ ਜਿਹੜੇ ਬੰਦੇ ਨੇ ਗੋਲੀ ਚਲਾਨੀ ਸੀ ਜੁੜਾ ਨਾਲ ਸ਼ੂਟਰ ਹਾਇਰ ਕੀਤਾ ਹੋਇਆ ਸੀ ਕਿਉਂਕਿ ਹੁਣ ਪਤਾ ਲੱਗ ਰਿਹਾ ਵੀ ਸ਼ੂਟਰ ਹਾਇਰ ਹੋਇਆ ਬੰਬੇ ਤੋਂ ਆਇਆ ਕੋਈ ਸ਼ੂਟਰ ਕਿਉਂਕਿ ਹੁਣ ਇਨਵੈਸਟੀਗੇਸ਼ਨ ਚ ਪਤਾ ਲੱਗਿਆ ਅਜੇ ਸਿਰਫ ਇੰਨੀ ਇਨਫਾਰਮੇਸ਼ਨ ਮਿਲੀ ਹੈ ਵੀ ਉਹ ਬੰਬੇ ਤੋਂ ਆਇਆ ਸੀ ਤੇ ਉਹਨੇ ਜਿਹੜੀ ਗੋਲੀ ਸ਼ੂਟ ਕੀਤੀ ਏ ਦੂਰ ਖੜ ਕੇ ਤੇ ਉਹਨੇ ਸਿੱਧੀ ਗੋਲੀ ਫਰੰਟ ਸ਼ੀਸ਼ੇ ਤੇ ਲਾਈ ਕਿਉਂਕਿ ਸਾਡੀਆਂ ਸੇਮ ਦਸਤਾਰਾਂ ਬੰਨੀਆਂ ਹੋਈਆਂ ਸੀ ਉਸ ਬੰਦੇ ਨੇ ਭੁਲੇਖੇ ਨਾਲ ਕਿ ਮੈਂ ਅੱਗੇ ਆ ਮੈਂ ਬਿਲਕੁਲ ਲੰਮਾ ਪੈ ਗਿਆ ਪਿੱਛੇ ਤੇ ਪੈਰਾ ਵਿੱਚ ਤੇ ਉਹ ਉਹਨੇ ਗੋਲੀ ਸਿੱਧੀ ਉਹਨਾਂ ਦੇ ਤੇ ਸ਼ੂਟਰ ਦਾ ਚਿਹਰਾ ਮੂਰਾ ਕਿਹਾ ਜਾਂਦਾ ਉਹ ਆਪਾਂ ਨੂੰ ਨਹੀਂ ਪਤਾ ਜੀ ਹਜੇ ਉਹ ਤਾਂ ਫਿਰ ਮੈਂ ਸਾ ਮੈਨੂੰ ਕਿਸੇ ਦਾ ਵੀ ਨਹੀਂ ਚਿਹਰਾ ਪਤਾ ਕਿਉਂਕਿ ਮੈਂ ਇੱਕਦਮ ਥੱਲੇ ਹੋ ਗਿਆ ਆਪਣੇ ਬੰਦਿਆਂ ਨੂੰ ਕਈਆਂ ਦੀ ਪਛਾਣ ਹੈਗੀ ਹੈ ਵੀ ਆਹ ਬੰਦੇ ਸੀ ਅਸੀਂ ਵੇਖੀਏ ਤਾਂ ਉਹਨਾਂ ਨੂੰ ਪਛਾਣ ਸਕਦੇ ਹਾਂ ਹੁਣ ਫੋਟੋ ਆ ਰਹੀ ਹੈ ਉਸ ਤੋਂ ਪਤਾ ਲੱਗਦਾ ਵੀ ਆਹ ਵੀ ਬੰਦਾ ਨਾਲ ਸੀ ਹੁਣ ਫੋਟੋ ਆ ਗਈ ਹੈ ਗੱਡੀਆਂ ਦੀਆਂ ਫੋਟੋਆਂ ਆ ਗਈਆਂ ਚਾਰ ਦੀਆਂ ਉਦੋਂ ਤੋਂ ਹੀ ਪਤਾ ਲੱਗਦਾ ਵੀ ਇਹ ਬੰਦੇ ਜਿਹੜੇ ਸੀ ਇਹ ਨਾਲ ਸੀ ਜਦੋਂ ਉਹਨਾਂ ਨੇ ਸਾਰੀਆਂ ਗੱਡੀਆਂ ਤੇ ਕੇਰਾ ਪੈ ਗਿਆ ਗੋਲੀ ਚਲਾਤੀ ਉਹ ਜਦੋਂ ਗੋਲੀ ਉਹਨਾਂ ਦੇ ਚੱਲੀ ਤੇ ਨਾਲ ਦੀ ਨਾਲ ਉਹ ਇਦਾਂ ਹੀ ਇੱਕਦਮ ਥੱਲੇ ਡਿੱਗ ਗਏ ਉਹ ਗੇਰ ਨਹੀਂ ਸੀ ਪੈ ਰਿਆ ਮੈਂ ਇਹਨੂੰ ਕਿਹਾ ਤੂੰ ਗੇਰ ਪਾ ਗੱਡੀ ਭਜਾ ਜਦੋਂ ਗੱਡੀ ਭਜਾਉਂਦਾ ਸੀ ਤਾਂ ਸਾਡੀ ਗੱਡੀ ਚ ਵੱਜਦੀ ਸੀ ਸਾਡੀ ਗੱਡੀ ਅੱਗੇ ਸੀ ਫੋਰਚੂਨਰ ਉਹ ਫੋਰਚੂਨਰ ਫਿਰ ਅੱਗੇ ਜਿਹੜੀ ਗੱਡੀ ਖੜੀ ਸੀ ਉਹਦੇ ਵਿੱਚ ਵੱਜਦੀ ਸੀ ਜਾ ਕੇ ਉਹਨਾਂ ਨੂੰ ਦਿਸਦਾ ਕੁਝ ਹੈ ਨਹੀਂ ਸੀ ਸ਼ੀਸ਼ਾ ਤਾਂ ਉਹਨਾਂ ਨੇ ਕਰ ਦਿੱਤਾ ਸੀ ਫਿਰ ਇਹਨਾਂ ਨੇ ਅੰਦਰੋਂ ਕਿਰਪਾਨ ਮਾਰ ਮਾਰ ਕੇ ਸ਼ੀਸ਼ਾ ਤੋੜਿਆ ਆਪਣੀ ਗੱਡੀ ਦਾ ਸ਼ੀਸ਼ਾ ਤੋੜਿਆ ਪੂਰੀ ਤਰ੍ਹਾਂ ਸ਼ੀਸ਼ਾ ਤੋੜ ਕੇ ਫਿਰ ਉਹਨਾਂ ਨੂੰ ਥੋੜਾ ਜਿਹਾ ਸਾਈਡ ਤੋਂ ਥਾਂ ਦਿੱਸਿਆ ਫਿਰ ਉਹਨਾਂ ਨੇ ਫੋਰਚੂਨਰ ਗੱਡੀ ਮਗਰੀ ਫਿਰ ਇਹਨਾਂ ਨੇ ਮੇਰੇ ਵਾਲੀ ਗੱਡੀ ਕੱਢੀ ਉਸ ਤੋਂ ਬਾਅਦ ਫਿਰ ਸਕੋਰਪੀਓ ਨਿਕਲੀ ਸੋ ਉਹਨਾਂ ਨੇ ਪਿਛਲੇ ਸ਼ੀਸ਼ੇ ਸਾਰੇ ਤੋੜੇ ਫਿਰ ਉਹਨਾਂ ਨੇ ਤਿੰਨ ਗੱਡੀਆਂ ਮੇਰੇ ਪਿੱਛੇ ਲਾਈਆਂ ਇੱਕ ਗੱਡੀ ਫਿਰ ਸਾਡੀ ਫੋਰਚੂਨਰ ਇਹ ਅਲੱਗ ਹੋ ਗਏ ਮੈਂ ਅਲੱਗ ਹੋ ਗਿਆ ਗੱਡੀ ਦੇ ਵਿੱਚ ਕੁਹਾੜੀ ਟਾਇਰਾਂ 'ਚ ਮਾਰਨ ਕਰਕੇ 4 ਕਿਲੋਮੀਟਰ ਤੱਕ ਉਹ ਪਿੱਛੇ ਫਾਇਰਿੰਗ ਕਰਦੇ ਗਏ ਤੇ ਉਹਨਾਂ ਦੀ ਇੱਕ ਗੱਡੀ ਫਿਰ ਸਾਡੇ ਅੱਗੇ ਨਿਕਲ ਗਈ ਸਫਾਰੀ ਉਸ ਤੋਂ ਬਾਅਦ ਫਿਰ ਉਹ ਟਾਇਰ ਗੱਡੀ ਦੇ ਨਿਕਲ ਗਏ ਸਾਡੇ ਇਕੱਲੇ ਰਿੰਗ ਰਹਿ ਗਏ ਟਾਇਰ ਉਹਦੇ ਨਿਕਲ ਗਾ ਗੱਡੀ ਤਕੜੀ ਹੋਣ ਕਰਕੇ ਉਹ ਭੱਜਦੀ ਗਈ ਰਿੰਗ ਰਿੰਗ ਦੇ ਉੱਤੇ ਵੀ ਚੱਲੀ ਉਹ ਜਦੋਂ ਅੱਗੇ ਤੱਕ ਸਫਾਰੀ ਮੋਡਨ ਲੱਗੇ ਇੱਕਦਮ ਸਾਨੂੰ ਏਸੀ ਵੀ ਹੁਣ ਸਾਡੀ ਗੱਡੀ ਕਹਿੰਦਾ ਵੀ ਹੁਣ ਚੱਲਣੀ ਇਸ ਤੋਂ ਵੱਧ ਨਹੀਂ ਜਾ ਸਕਦੇ ਆਪਾਂ ਉਹ ਜਦੋਂ ਗੱਡੀ ਰੁਕ ਰਹੀ ਏ ਥੋੜਾ ਥੋੜਾ ਕਰਕੇ ਤਾਂ ਉਹਨੇ ਨੂੰ ਮੋੜ ਆ ਗਿਆ ਇੱਕ ਰਾਈਟ ਨੂੰ ਬਸ ਤਾਂ ਨਹਿਰ ਸੀ ਤੇ ਇਧਰ ਛੋਟੀ ਛੜਕ ਸੀ ਬਹੁਤੀ ਵੱਡਾ ਰੋਡ ਨਹੀਂ ਹੈਗਾ ਉਹ ਗੱਡੀ ਹੌਲੀ ਹੋ ਗਈ ਸਫਾਰੀ ਸਿੱਧੀ ਸਾਡੇ ਤੇ ਬਾਹਰ ਨਿਕਲ ਕੇ ਗੋਲੀਆਂ ਚਲਾ ਰਿਹਾ ਚਾਰ ਪੰਜ ਕਿਲੋਮੀਟਰ ਤੱਕ ਇਦਾਂ ਹੀ ਚੱਲਦਾ ਰਿਹਾ ਗੋਲੀ ਚਲਾਉਂਦੇ ਰਿਹਾ ਉੱਥੇ ਜਦੋਂ ਅਸੀਂ ਰੋਕ ਕੇ ਫਰੰਟ ਤੇ ਹੀ ਗੋਲੀ ਉਹਨਾਂ ਨੂੰ ਇਹ ਲੱਗਦਾ ਸੀ ਕਿ ਫਰੰਟ ਤੇ ਹੀ ਮਾਰਨੀਆਂ ਨੇ ਗੋਲੀਆਂ ਕਿਉਂਕਿ ਉਹਨ ਉੱਥੇ ਰਵਲਵਰ ਨਾਲ ਕਰਦੇ ਰਹੇ ਫਾਇਰਿੰਗ ਉਸ ਤੋਂ ਬਾਅਦ ਉਹ ਇੱਕਦਮ ਮੋੜ ਆ ਗਿਆ ਨਾ ਜਿਹੜਾ ਪੁਲ ਆ ਗਿਆ ਛੋਟਾ ਜਿਹਾ ਕਿਸੇ ਪਿੰਡ ਨੂੰ ਜਾਣ ਵਾਲਾ ਮੈਂ ਨੂੰ ਕਿਹਾ ਮੈਂ ਕਿ ਇਧਰ ਨੂੰ ਕੱਟ ਲੈ ਰਾਈਟ ਉਹ ਰਾਈਟ ਕੱਟ ਲਈ ਜਦੋਂ ਤੱਕ ਉਹ ਗੱਡੀ ਮੋੜ ਕੇ ਲਿਆਉਂਦੇ ਅਸੀਂ ਤਿੰਨ ਚਾਰ ਕਿੱਲੇ ਥੱਲੇ ਕੱਚਾ ਜਿਹਾ ਰਾਹ ਸੀ ਉਧਰ ਨੂੰ ਹੋ ਗਏ ਉਹ ਰੋਡ ਬਣ ਰਿਹਾ ਸੀ ਦਿੱਲੀ ਪਬਲਿਕ ਸਕੂਲ ਸੀ ਅੱਗੇ ਖਾਲੀ ਸੀ ਸਾਰਾ ਕੁਝ ਉਹ ਸਫਾਰੀ ਕਿਤੇ ਮੋੜ ਰਿਹਾ ਸੀ ਉਹਨਾਂ ਨੂੰ ਪਿਛਲੇ ਬੰਦਿਆਂ ਨੂੰ ਵੀ ਵੇਟ ਕਰ ਰਿਹਾ ਸੀ ਤੇ ਸਾਡੇ ਫਿਰ ਅਸੀਂ ਉਦੋਂ ਤੱਕ ਉੱਥੇ ਪਹੁੰਚ ਕੇ ਤੇ ਇੱਕਦਮ ਮੈਂ ਉਹਨਾਂ ਨੂੰ ਬੁਲਾਇਆ ਵੀ ਉੱਠੋ ਆਪਾਂ ਚੱਲੀਏ ਪਰ ਉਹ ਤਾਂ ਦੇਸੀ ਰਿਆਸੀ ਕਿਉਂ ਨਹੀਂ ਹਿੱਲ ਰਹੀ ਸੀ ਨਵਜ ਦੇਖੀ ਉਹਨਾਂ ਨੇ ਫਿਰ ਅਸੀਂ ਤਿੰਨੇ ਜਣੇ ਗੱਡੀ 'ਚ ਜਿਹੜਾ ਮੇਰਾ ਡਰਾਈਵਰ ਤੇ ਮੇਰੇ ਨਾਲ ਬੈਠਾ ਸੀ ਜਿਹੜਾ ਤੇ ਅਸੀਂ ਤਿੰਨੇ ਫਿਰ ਉੱਤਰ ਕੇ ਗੱਡੀ ਉੱਥੇ ਬਿਲਕੁਲ ਆਪਣੇ ਆਪ ਰੋਗੀ ਕਿਉਂਕਿ ਉਸ ਤੋਂ ਅੱਗੇ ਨਹੀਂ ਸੀ ਜਾ ਸਕਦੀ ਖੱਡੇ ਬਹੁਤ ਸੀ ਉਸ ਤੋਂ ਰੇਮਤੇ ਸੀ ਉਹ ਨਹੀਂ ਚੱਲ ਸਕੀ ਉੱਥੋਂ ਫਿਰ ਅਸੀਂ ਭੱਜੇ ਖੇਤਾ ਵਿੱਚ ਦੋ ਤਿੰਨ ਕਿੱਲੇ ਪਿੱਛੇ ਨੂੰ ਭੱਜ ਕੇ ਅੱਗੇ ਫਿਰ ਉਹ ਆ ਗਿਆ ਫੈਕਟ ਕੋਈ बन ਰਿਆ ਸੀ ਸਕੂਲ ਡੀ ਦਿੱਲੀ ਪਬਲਿਕ ਸਕੂਲ ਉਹਦੇ ਪਿੱਛੇ ਨਵੀਂ ਬਿਲਡਿੰਗ ਬਣਦੀ ਸੀ ਉਹਦੇ ਮਜ਼ਦੂਰ ਕੰਮ ਕਰਦੇ ਸੀ 40 50 ਬੰਦੇ ਲੱਗੇ ਸੀ ਅਸੀਂ ਉਹਨਾਂ ਨੂੰ ਆਵਾਜ਼ ਮਾਰੀ ਵੀ ਸਾਨੂੰ ਤੁਸੀਂ ਅੰਦਰ ਆ ਜਾਣ ਦਿਓ ਉਹਨਾਂ ਨੇ ਪਿੱਛੋਂ ਦੀ ਰਾਹ ਸੀ ਸਾਨੂੰ ਆਉਣ ਦੇ ਦਿੱਤਾ ਫਿਰ ਉਹ ਗੱਡੀਆਂ ਤਿੰਨ ਫੇਰ ਆਈਆਂ ਉੱਥੇ ਲੈਂਡ ਗ੍ਰੂਜ਼ਰ ਦੇ ਕੋਲ ਉਹ ਵੇਖ ਕੇ ਸਾਰਾ ਬਹਿਤਾਰ ਚਤੂਚਾ ਮਾਰਦੇ ਰਹੇ ਫਿਰ ਇੱਧਰ ਜਦੋਂ ਉਹਨਾਂ ਨੇ ਨਿਗਾਹ ਮਾਰੀ ਬੰਦੇ 50 ਖੜੇ ਆ ਉੱਥੋਂ ਫਿਰ ਉਹ ਬੰਦੇ ਵਾਪਸ ਚਲੇ ਗਏ ਉਸ ਤੋਂ ਫਿਰ ਅੱਧੇ ਘੰਟੇ ਬਾਅਦ ਅਸੀਂ ਉੱਥੇ ਅੰਦਰ ਸੀ ਜਦੋਂ ਫੋਨ ਫਾਨ ਕਰਦੇ ਰਹੇ ਅੱਗੇ ਤੋਂ ਅੱਗੇ ਥੋੜਾ ਫੇ ਪੁਲਿਸ ਅਧਿਕਾਰੀ ਦੇ ਬਾਅਦ ਇੱਕ ਘਟਨਾ ਹੈਗੀ ਇਹ 7:40 ਦੀ ਤੇ 8:15 ਕੁ ਮਿੰਟ ਤੱਕ ਫਿਰ ਪ੍ਰਸ਼ਾਸਨ ਆਇਆ ਫਿਰ ਐਂਬੂਲੈਂਸ ਆਈ ਉਹਨਾਂ ਨੂੰ ਚੁੱਕ ਕੇ ਲੈ ਕੇ ਗਿਆ ਫਿਰ ਮੈਨੂੰ ਤੁਸੀਂ ਆਮ ਤੌਰ ਤੇ ਫਰੰਟ ਸੀਟ ਤੇ ਬੈਠਦੇ ਸੀਗੇ ਜਿਆਦਾ ਮੈਂ ਫਰੰਟ ਸੀਟ ਤੇ ਬੈਠਦਾ ਪਰ ਹੁਣ ਕਦੇ-ਕਦੇ ਪਿੱਛੇ ਬੈਠ ਜਾਂਦਾ ਸੀ ਕਿ ਮੈਂ ਕਹਿੰਦੇ ਰਾਤ ਨੂੰ ਲਾਈਟਾਂ ਪੈਂਦੀਆਂ ਨੇ ਮੈਂ ਥੱਕਿਆ ਹੁੰਨਾ ਤਾਂ ਮੈਂ ਪਿੱਛੇ ਪੈ ਜਾਂਦਾ ਕਿ ਮੈਂ ਰੈਸਟ ਕਰ ਲੂੰਗਾ ਉਦੋਂ ਮੈਂ ਕੱਲ ਮੈਂ ਕੁਝ ਠੀਕ ਨਹੀਂ ਸੀ ਮੈਂ ਪਿੱਛੇ ਬੈਠ ਕੇ ਵੈਸੇ ਮੈਂ ਜਿਆਦਾ ਅੱਗੇ ਬੈਠਦਾ ਹੁੰਦਾ ਲੱਗਦਾ ਹੀ ਸ਼ੱਕ ਸੀ ਉਹਨਾਂ ਨੂੰ ਲੱਗਦਾ ਸੀਗਾ ਕਿ ਫਰੰਟ ਸੀਟ ਦੇ ਬਬ ਜੀ ਜਿਹੜਾ ਸ਼ੂਟਰ ਸੀ ਨਾ ਜੀ ਉਹਨੂੰ ਫਰੰਟ ਸੀਟ ਹੀ ਦੱਸਿਆ ਗਿਆ ਸੀ ਸ਼ੀਸ਼ਾ ਉਹਨਾਂ ਨੇ ਪਿਛਲਾ ਤੋੜਿਆ ਪਰ ਗੋਲੀ ਅੱਗੇ ਤੇ ਅੱਗੇ ਵਾਲੇ ਤੇ ਚਲਾਂਦੀ ਤੂੰ ਜਿਸ ਤਰੀਕੇ ਸਰ ਸਿੱਧਾ ਉਹਨਾਂ ਦੇ ਉੱਥੇ ਹੀ ਗੋਲੀ ਲੱਗੀ ਸੁਣਿਆ ਅਸਲਾ ਤੁਹਾਡੀ ਟੀਮ ਕੋਲੇ ਵੀ ਹੁੰਦਾਗਾ ਤੁਹਾਡੀ ਟੀਮ ਕੋਲੇ ਵੀ ਸਾਸੀ ਜ਼ਿਆਦਾ ਨਹੀਂ ਜੀ 2-3 ਰਵੋਲਵਰ ਲਾਇਸੈਂਸ ਸੀ ਜਿਹੜੇ ਸਾਨੂੰ ਮਿਲੇ ਆ ਉਹ ਹੁੰਦੇ ਆ ਗੰਨਾ ਉਹਨਾਂ ਦੀਆਂ ਹੈ ਨੇ ਪਰ ਅਸੀਂ ਲਜਾਨ ਨਹੀਂ ਮੈਂ ਦਿੰਦਾ ਮੈਨੂੰ ਇਹ ਲੱਗਦਾ ਸੀ ਕਿ ਆਪਾਂ ਪ੍ਰਦਰਸ਼ਨੀ ਅਸੀਂ ਗੁਰਮਤਿ ਦਾ ਪ੍ਰਚਾਰ ਕਰਦੇ ਆਂ ਸਟੇਜ ਤੇ ਅਸੀਂ ਰਵਲਵਰ ਚੁੱਕੀ ਰਾਈਫਲਾਂ ਤੋਂ ਆਲੇ-ਦੁਆਲੇ ਮੈਨੂੰ ਬੌਡੀਗਾਰਡ ਜਾਂ ਉਹ ਚੰਗਾ ਨਹੀਂ ਸੀ ਲੱਗਦਾ ਮੈਂ ਵਿਰੁੱਧ ਜਾ ਸੀ ਮੈਨੂੰ ਲੱਗਦਾ ਸੀ ਕਿ ਅਸੀਂ ਮੌਤ ਤੋਂ ਡਰਦੇ ਤਾਂ ਲੋਕਾਂ ਨੂੰ ਕੀ ਸਿੱਖਿਆ ਦੇਵਾਂਗੇ ਐਡੇ ਵੱਡੇ ਕੱਟ 'ਚ ਬੋਲਣਾ ਤੇ ਅਸੀਂ ਆਲੇ-ਦੁਆਲੇ ਬੰਦੇ ਖਲਾਰੇ ਹੋਏ ਆ ਗੰਨਾ ਵਾਲੇ ਤਾਂ ਮੈਂ ਕੀ ਮੈਨੂੰ ਚੰਗਾ ਨਹੀਂ ਸੀ ਲੱਗਦਾ ਉਹ ਇਸ ਕਰਕੇ ਅਸੀਂ ਇਦਾਂ ਨਹੀਂ ਸੀ ਰੱਖਦੇ ਉਹ ਰਵਲਵਰ ਜਰੂਰ ਦੋ ਤਿੰਨ ਬੰਦਿਆਂ ਦੇ ਇੱਕ ਅੱਗੇ ਹੁੰਦਾ ਸੀ ਇੱਕ ਮੇਰੀ ਗੱਡੀ 'ਚ ਹੁੰਦਾ ਸੀ ਬਸ ਉਹ ਹੁੰਦਾ ਸੀ ਪਰ ਉਹ ਤਾਂ ਫਿਰ ਮੈਨੂੰ ਹੀ ਸਾਂਭ ਰਿਆ ਸੀ ਜਿਹੜੇ ਕੋਲ ਹੈ ਵੀ ਸੀ ਉਹ ਨਹੀਂ ਉਹਨੇ ਚਿਰ ਚ ਰਵਲਵਰ ਕੰਮ ਨਹੀਂ ਆਇਆ ਮਤਲਬ ਜਿਹੜੇ ਤੁਹਾਡੇ ਬੰਦਿਆਂ ਕੋਲੇ ਰਵਲਵਰ ਹੈਗੇ ਸੀਗੇ ਉਹ ਹਾਂਜੀ ਉਹਨੂੰ ਤਿਆਰ ਹੋਜੋ ਤਾਂ ਕੋ ਅੱਗੇ ਗੱਡੀ ਨਿਕਲੀ ਪਾਇਆ ਵੀ ਕੱਢਿਆ ਵੀ ਬਾਹਰ ਪਰ ਉਹਦੋਂ ਤੱਕ ਤਾਂ ਫਿਰ ਉਹ ਨਹੀਂ ਉੱਥੇ ਕੁਝ ਸੋਝੀ ਨਹੀਂ ਸੀ ਰਿਆ ਨਾ ਜੀ ਉਸ ਇੱਕਦਮ ਇਦਾਂ ਦਾ ਹੋਇਆ ਕਿ ਉੱਥੇ ਉਹ ਮੈਨੂੰ ਸਾਂਭ ਰਿਆ ਸੀ ਕਿਉਂਕਿ ਮੈਂ ਥੱਲੇ ਲੰਮਾ ਪਿਆ ਸੀ ਮੈਨੂੰ ਉਹਨੂੰ ਵੀ ਮੈਂ ਵੇਖਾਂ ਕਿ ਉਹ ਜੀ ਗੋਲੀ লাশ ਪਈ ਹੋਵੇ ਗ ਉਹ ਮਾਹੌਲ ਹੀ ਇਦਾਂ ਦਾ ਬਣ ਜਾਂਦਾ ਜੀ ਪੁਲਿਸ ਜਦੋਂ ਫਿਰ ਤੁਹਾਡੇ ਕੋਲ ਆਈ ਫਿਰ ਤੁਸੀਂ ਕੀ ਜਿਹੜੀ ਪਹਿਲੀ ਪੁਲਿਸ ਦੀ ਤੁਹਾਡੇ ਨਾਲ ਗੱਲਬਾਤ ਸੀ ਉਹ ਕੀ ਸੀਗੀ ਜਦੋਂ ਪੁਲਿਸ ਤੁਹਾਡੇ ਕੋਲ ਪਹੁੰਚੀ ਅੱਧੇ ਆ ਇੱਕਦਮ ਉਹਨਾਂ ਨੇ ਬਸ ਆ ਕੇ ਦੱਸਿਆ ਸਾਰਾ ਕੁਝ ਵੀ ਇਦਾਂ ਕਰਕੇ ਐਂਬੂਲੈਂਸ ਆ ਗਈ ਬਸ ਅਸੀਂ ਕਿਹਾ ਉਹਨਾਂ ਨੂੰ ਚੱਕੋ ਕਹਿੰਦੇ ਚੱਕ ਲਿਆ ਜੀ ਸਾਰਾ ਮੈਂ ਕਿਹਾ ਦੱਸੋ ਕੀ ਹੋਇਆ ਉਹ ਕਹਿੰਦੇ ਜੀ ਬਸ ਅਸੀਂ ਇਨਵੈਸਟੀਗੇਸ਼ਨ ਕਰ ਰਹੇ ਹਾਂ ਤੁਹਾਨੂੰ ਦੱਸੋ ਕਿੱਦਾਂ ਦੇ ਬੰਦੇ ਸੀ ਕਿਵੇਂ ਸੀ ਉਹ ਫਿਰ ਉਹਨ ਆਪਣੀਆਂ ਗੱਡੀਆਂ 'ਚ ਬਠਾਪ ਟੂ ਕੇ ਸਾਨੂੰ ਫਿਰ ਉੱਥੇ ਥਾਣੇ ਦੇ ਵਿੱਚ ਲੈ ਗਈ ਸੀ। ਉੱਥੇ ਸਾਰਾ ਬੈਠਾ ਰਿਆ ਮੈਂ 2-3 ਘੰਟੇ ਰਿਪੋਰਟਰ ਲਿਖਾਈ ਸਾਰਾ। ਤੁਹਾਡਾ ਆਪਣਾ ਵੀ ਕਾਫੀ ਪ੍ਰਭਾਵ ਆ ਪੰਜਾਬ ਦੇ ਅੰਦਰ ਵੱਡੇ ਲੀਡਰ ਵੀ ਤੁਹਾਨੂੰ ਜਾਣਦੇ ਨੇ। ਪੰਜਾਬ ਦੇ ਵੱਡੇ ਪੁਲਿਸ ਅਫਸਰ ਵੀ ਤੁਹਾਨੂੰ ਜਾਣਦੇ ਹੋਗੇ। ਤੁਸੀਂ ਅਪਰੋਚ ਕੀਤੀ ਉਸ ਟਾਈਮ ਸੀਨੀਅਰ ਕਿਸੇ ਲੀਡਰ ਨਾਲ ਕੀ ਕੀ ਹੋ ਰਿਹਾ। ਨਹੀਂ ਏਦਾਂ ਦਾ ਕੁਝ ਨਹੀਂ। ਅਸੀਂ ਕਿਸੇ ਸੀਨੀਅਰ ਨਹੀਂ ਸਾਡੇ 2-4 ਬੰਦੇ ਜਿਹੜੇ ਪਿਆਰ ਵਾਲੇ ਆਮ ਪਰਿਵਾਰਾਂ 'ਚ ਮੈਂ ਜਾਨਣਾ ਉਹਨਾਂ ਨੂੰ ਕਿਹਾ ਵੀ ਤੁਸੀਂ ਗੱਲ ਕਰੋ ਅੱਗੇ ਅੱਗੇ। ਤੁਸੀਂ ਦੱਸੋ ਵੀ ਆਹ ਕੀ ਹੋ ਰਿਹਾ। ਕੀ ਕਿ ਐਦਾਂ ਗੁੰਡਾਗਰਦੀ ਸ਼ਰਿਆਂ ਅਸੀਂ ਗੋਲੀਆਂ ਸੁਣਦੇ ਆ ਅੱਜ ਤੱਕ ਸੁਣਿਆ ਵੀ ਬੜ ਗੱਡੀਆਂ ਚੋਂ ਬਾਹਰ ਨਿਕਲ ਨਿਕਲ ਕੇ ਬੰਦੇ ਗੋਲੀਆਂ ਬਾਹਰ ਨਿਕਲ ਰਏ ਗੱਡੀ ਚੱਲ ਰਹੀ ਹੈ ਚੱਲਦੀ ਗੱਡੀ 'ਚੋਂ ਗੋਲੀਆਂ ਭਰਾ ਰਹੇ ਆ ਵੀ ਐਦਾਂ ਦਾ ਕੁਝ ਤਾਂ ਕਦੇ ਸੁਣਿਆ ਹੀ ਨਹੀਂ ਆਪਾਂ ਇਹ ਕੀ ਹੋ ਰਿਹਾ ਤਾਂ ਚਲੋ ਉਹਨੇ ਤੱਕ ਸੁਰਜੀਤ ਸਿੰਘ ਰਖੜਾ ਹੋਣੀ ਜਿਹੜੇ ਆ ਮੰਤਰੀ ਨੇ ਇਹ ਵੀ ਪਹੁੰਚ ਗਏ ਸੀ ਉੱਥੇ ਤੇ ਜਿੰਨੇ ਸੀਨੀਅਰ ਆਫੀਸਰ ਸੀਗੇ ਇਹਨਾਂ ਨੂੰ ਸੀ ਫਟਾਫਟ ਸਾਰੇ ਆ ਗਏ ਸੀ ਤਾਂ ਸਾਰਿਆਂ ਨੇ ਕਿਹਾ ਵੀ ਚਲੋ ਅਸੀਂ ਕਰ ਰਹੇ ਆ ਕਰ ਰਹੇ ਹੁਣ ਕੱਲ ਤੋਂ ਲੈ ਕੇ ਸ਼ਾਮ ਤੱਕ ਇਹੀ ਚੱਲ ਰਿਹਾ ਅੱਜ ਸੰਸਦ ਘਰ ਤੁਹਾਨੂੰ ਸ਼ੱਕ ਹੈ ਕਿਸੇ ਤੇ ਕੋਈ ਪਹਿਲਾਂ ਕੋਈ ਥ੍ਰੈਟ ਆਇਆ ਹੋਵੇ ਤੁਹਾਨੂੰ ਕਿਸ ਨੇ ਥ੍ਰੈਟ ਕੀਤਾ ਹੋਵੇ ਪਹਿਲਾਂ ਨਹੀਂ ਨਹੀਂ ਅਸਲ ਵਿੱਚ ਗੱਲ ਇਹ ਹੈ ਜੀ ਕਿ ਗੁਰਬਾਣੀ ਦਾ ਜਿਹੜਾ ਪ੍ਰਚਾਰ ਹੈ ਨਾ ਗੁਰੂ ਗ੍ਰੰਥ ਸਾਹਿਬ ਜੀ ਜਿਹੜੇ ਸਾਡੇ ਨੇ ਉਹ ਬੜੇ ਬੇਬਾਕ ਨੇ ਉਹਨਾਂ ਨੇ ਨਾ ਤਾਂ ਨਕਲੀ ਰਾਜਿਆਂ ਨੂੰ ਬਖਸ਼ਿਆ ਨਾ ਉਹਨਾਂ ਨੇ ਪਖੰਡੀ ਅਸਲੀ ਪੰਡਤਾਂ ਨੂੰ ਨਹੀਂ ਨਕਲੀ ਪੰਡਤਾਂ ਨੂੰ ਜਿਹੜੇ ਲੋਕਾਂ ਨੂੰ ਧਰਮ ਦੇ ਨਾਂ ਤੇ ਠੱਗਦੇ ਨੇ ਟੇਵੇ ਤੇ ਬ੍ਰਾਹਮਣਵਾਦ ਵੱਲ ਫਸਾਉਂਦੇ ਨੇ ਜੀ ਆ ਆ ਜੀ ਆ ਨਹੀਂ ਕਰਨਾ ਆ ਕਰੋ ਆ ਕਰੋ ਇੱਥੇ ਪਾਣੀ ਚ ਨਾਰੀ ਹੋਰ ਸਿੱਟ ਦੋ ਆ ਕਰ ਦੋ ਗੁਰੂ ਸਾਹਿਬ ਉਹਨਾਂ ਨੂੰ ਬੜੇ ਕਰੜੇ ਹੱਥੀ ਲੈਂਦੇ ਨੇ ਸੋ ਧਰਮ ਦੇ ਨਾਂ ਤੇ ਠਗੀਆਂ ਮਾਰਨ ਵਾਲੇ ਰਾਜਨੀਤੀ ਦੇ ਨਾਂ ਤੇ ਧਰਮ ਠਗੀਆਂ ਮਾਰਨ ਵਾਲੇ ਤੇ ਸਮਾਜ ਵਿੱਚ 파ੜੇ ਪਾਉਣ ਵਾਲੇ ਜਿੰਨੇ ਵੀ ਨੇ ਗੁਰੂ ਸਾਹਿਬ ਉਹਨਾਂ ਨੂੰ ਬੜੇ ਕਰੜੇ ਹੱਥੀ ਲੈਂਦੇ ਆ ਚਾਹੇ ਉਹ ਸ਼ਰਾਬ ਪੀਣ ਵਾਲੇ ਬਾਬੇ ਹੋਣ ਮਸਤਾਂ ਦੇ ਨਾਂ ਤੇ ਬਹੁਤ ਕੁਝ ਇਦਾਂ ਦਾ ਚੱਲਦਾ ਸੋ ਮੈਂ ਪਿਛਲੇ 2-3 ਸਾਲਾਂ ਤੋਂ ਜ਼ਿਆਦਾ ਸਾਰੇ ਤਰ੍ਹਾਂ ਦੇ ਜਿਹੜੇ ਸਾਡੇ ਸਮਾਜ ਵਿੱਚ ਜੋ ਗੁਰੂ ਸਾਹਿਬ ਦੱਸਦੇ ਆ ਉਹਦੇ ਮੁਤਾਬਕ ਮੈਂ ਜਗਾ ਜਗਾ ਦੱਸਿਆ ਵੀ ਨਕਲੀ ਮਸਤ ਬਣੇ ਫਿਰਦੇ ਆ ਠੱਗਾਂ ਦੇ ਟੋਲੇ ਕਿਹੜੇ ਕਿਹੜੇ ਆ ਜਿਨ੍ਹਾਂ ਵਿੱਚ ਮਾਫੀਏ ਬੜੇ ਸਾਡੇ ਚ ਚੱਲਦੇ ਆ ਲੈਂਡ ਮਾਫੀਏ ਚੱਲ ਰਹੇ ਆ ਸਾਡੇ ਚ ਸੈਂਡ ਮਾਫੀਏ ਚੱਲ ਰਹੇ ਆ ਸਾਡੇ ਵਿੱਚ ਡਰੱਗ ਮਾਫੀਏ ਚੱਲ ਰਹੇ ਆ ਕਈ ਗੱਲਾਂ ਮੈਂ ਸਟੇਜਾਂ ਤੇ ਕਲੀਅਰ ਕਹਿਨਾ ਸੋ ਮੈਨੂੰ ਲੱਗਦਾ ਹੈ ਕਿ ਕੁਝ ਇਦਾਂ ਦੇ वाद ਵਿਵਾਦ ਪਿਛਲੇ ਸਮੇਂ ਤੋਂ ਉਹ ਮੇਰੇ ਵਿਰੋਧੀ ਜ਼ਰੂਰ ਬਣੇ ਕਿਉਂਕਿ ਗੁਰੂ ਸਾਹਿਬ ਦੀ ਵਿਚਾਰਧਾਰਾ ਦਾ ਪ੍ਰਚਾਰ ਕਰਨਾ ਤਾਂ ਗੁਰੂ ਸਾਹਿਬ ਸੱਚ ਬੋਲਦੇ ਆ ਗੁਰੂ ਗ੍ਰੰਥ ਸਾਹਿਬ ਵਾਲੀ ਗੱਲ ਜਦੋਂ ਤੁਸੀਂ ਨਰੋਲ ਦੱਸਦੇ ਹੋ ਅਗਲੇ ਨੂੰ ਤਾਂ ਸੱਚ ਕਿਸੇ ਦੇ ਹਜਮ ਨਹੀਂ ਹੁੰਦਾ ਜਿਆਦਾ ਮੈਨੂੰ ਲੱਗਦਾ ਵੀ ਉਹਨਾਂ ਦੇ ਵਿੱਚੋਂ ਹੀ ਇਹ ਕੁਝ ਬੰਦੇ ਕਿ ਕੌਣ ਨਹੀਂ ਵਿਰੋਧੀ ਜਿਹੜੇ ਤੁਹਾਡੇ ਤੇ ਲਗਾਤਾਰ ਇਸ ਤਰ੍ਹਾਂ ਦੇ ਲਗਾਤਾਰ ਤਾਂ ਮੈਂ ਨਹੀਂ ਕਹਿ ਸਕਦਾ ਜੀ ਕੁਝ ਏਜੰਸੀਆਂ ਵੀ ਹੋ ਸਕਦੀਆਂ ਨੇ ਕਿਉਂਕਿ ਗੁਰੂ ਸਾਹਿਬ ਜੀ ਨੂੰ ਮੇਰਾ ਤਾਂ ਮੰਨਣਾ ਇਹ ਹੈ ਕਿ ਗੁਰੂ ਸਾਹਿਬ ਜੀ ਨੂੰ ਅਗਨ ਭੇਟ ਕਰਨ ਦਾ ਵੱਡਾ ਕਾਰਨ ਇਹ ਹੈ ਕਿ ਗੁਰੂ ਸਾਹਿਬ ਦੀ ਆਵਾਜ਼ ਨੂੰ ਬੰਦ ਕਰਨਾ ਚਾਹੁੰਦੇ ਸਾਡੀ ਸ਼ਰਧਾ ਟੁੱਟੇ ਵੀ ਜਿਹੜਾ ਗੁਰੂ ਆਪਣੀ ਰੱਖਿਆ ਨਹੀਂ ਕਰ ਇਸ ਕਰਕੇ ਗੁਰੂ ਸਾਹਿਬ ਨੂੰ ਅਗਨਪੇਟ ਕੀਤਾ ਜਾਂਦਾ ਸਾਡੇ ਸਾਡੇ ਅੰਦਰ ਇਹ ਭਾਵ ਬਣ ਜਵੇ ਸੋ ਸਾਡੇ ਤੇ ਬੜੇ ਵੱਡੇ ਹਮਲੇ ਹੋਏ ਆ ਕਾਲ ਤਖਤ ਦੀ ਮਰਿਆ ਮਾਨ ਮਰਿਆਦਾ ਬੜੀ ਟ ਖਤਮ ਹੋਈ ਹੈ ਉਸ ਮਰਿਆਦਾ ਦਾ ਸਿਧਾਂਤ ਸਾਡਾ ਹੁਣ ਪਰਵਾਹ ਨਹੀਂ ਕਰਦੇ ਲੋਕ ਜਥੇਦਾਰਾਂ ਦੀ ਉਹ ਜ਼ੀਰੋ ਹੋ ਗਏ ਦੂਜੇ ਨੰਬਰ ਤੇ ਬੜੇ ਤਰੀਕੇ ਨਾਲ ਪਲਾਨ ਨਾਲ ਕੀਤਾ ਗਿਆ ਸਰਸਾ ਸੌਦਾ ਸਾਧ ਨੂੰ ਮਾਫੀਆਂ ਹੋਈਆਂ ਜੋ ਵੀ ਹੋਇਆ ਉਸ ਤੋਂ ਦੂਜੇ ਨੰਬਰ ਤੇ ਫਿਰ ਗੁਰੂ ਗ੍ਰੰਥ ਸਾਹਿਬ ਦੀ ਵੀ ਬੇਦਬੀ ਹੋ ਗਈ ਤੀਜੇ ਨੰਬਰ ਤੇ ਸੱਚ ਬੋਲਣ ਵਾਲੇ ਜਿਹੜੇ ਪ੍ਰਚਾਰਕ ਨੇ ਉਹਨਾਂ ਤੇ ਵੀ ਹਮਲੇ ਹੋ ਰਹੇ ਆ ਕਦੇ ਕਿਤੇ ਕਦੇ ਕਿਤੇ ਕਦੇ ਕਿਵੇਂ ਕਦੇ ਕਿਵੇਂ ਸੋ ਆ ਤਾਂ ਪਹਿਲੀ ਵਾਰ ਹੈ ਕਿ ਵਿਚਾਰਕ ਮਤ ਭੇਦ ਆਪਣੇ ਹੁੰਦੇ ਆ ਆਪਾਂ ਕੋਈ ਮੈਂ ਕਿਸੇ ਨੇ ਬੋਲਤਾ ਅੱਗੇ ਨੇ ਬੋਲਤਾ ਅਗਲਾ ਆਪਾਂ ਆਪਣਾ ਉਹਦਾ ਸੰਵਾਦ ਮੈਂ ਸਵਾਲ ਕਰਦਾ ਤੁਸੀਂ ਜਵਾਬ ਦਿਓ ਤੁਸੀਂ ਸਵਾਲ ਕਰੋ ਮੈਂ ਉਹਦਾ ਜਵਾਬ ਦੇਵਾਂ ਪਰ ਇੱਥੋਂ ਤੱਕ ਨਹੀਂ ਹੋਇਆ ਕਿ ਕਿਸੇ ਪ੍ਰਚਾਰਕ ਨੂੰ ਤੁਸੀਂ ਡਿਸੀਜਨ ਲਿਆ ਕਿ ਅਸੀਂ ਛੂਟਰ ਮੰਗਾ ਕੇ ਤੇ ਅਸੀਂ ਗੋਲੀ ਵੀ ਮਾਰਨੀ ਹੈ ਇਹ 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 ਪਹਿਲੀ ਵਾਰੀ ਹੋਇਆ ਮੈਂ ਕਹਿੰਦਾ ਕਿ ਸ਼ੱਕ ਹੈ ਤੁਹਾਨੂੰ ਕਿਸੇ ਤੇ ਇਸ ਤਰ੍ਹਾਂ ਦੇ ਲੋਕਾਂ ਤੇ ਕਿ ਕੌਣ ਲੋਕ ਹੋ ਸਕਦੇ ਨੇ ਜਿਨ੍ਹਾਂ ਨੇ ਤੁਹਾਨੂੰ ਟਾਰਗੇਟ ਕੀਤਾ ਨਿੱਜੋ ਕੁਝ ਕੋਈ ਵੀ ਮੈਂ ਇਹ ਨਹੀਂ ਕਹਿ ਸਕਦਾ ਵੀ ਕੌਣ ਨੇ ਪਰ ਉਹ ਕੋਈ ਵੀ ਇਦਾਂ ਦਾ ਬੰਦਾ ਹੋ ਸਕਦਾ ਕਿਉਂਕਿ ਦਿਨ ਰਾਤ ਅਸੀਂ ਗੁਰਬਾਤ ਦਾ ਪ੍ਰਚਾਰ ਕਰਦੇ ਆਂ ਔਰ ਪਿਛਲੇ ਸਾਡੇ 2-3 ਸਾਲਾਂ ਤੋਂ ਇਕੱਠ ਬਹੁਤ ਵਧਿਆ ਸੰਗਤ ਬਹੁਤ ਵਧੀ ਅੱਜ ਜਿੱਥੇ ਸਾਰਿਆਂ ਦਾ ਕੰਮ ਡਾਊਨ ਜਾ ਰਿਹਾ ਤੇ ਸਾਡੀ ਸੰਗਤ ਬਹੁਤ ਜ਼ਿਆਦਾ ਵਧ ਰਹੀ ਕਿਉਂਕਿ ਸੁਣਨ ਵਾਲੇ ਲੋਕ ਹੁੰਦੇ ਆ ਨੌਜਵਾਨ ਜੰਗ ਜਨਰੇਸ਼ਨ ਤੁਸੀਂ ਵੇਖੋਗੇ ਪੰਜਾਬ ਦੇ ਵਿੱਚ ਬਹੁਤ ਸਿੰਘ ਦਮਾਲੇ ਦਸਤਾਰਾਂ ਸਜਾਣ ਲੱਗੇ ਆ ਪਿਛਲੇ 2-3 ਸਾਲਾਂ ਤੋਂ ਜਦੋਂ ਤੋਂ ਮੀਡੀਆ ਆਇਆ ਸੋਸ਼ਲ ਨੈਟਵਰਕ ਤੇ ਹਰ ਇੱਕ ਚੀਜ਼ ਅੱਗੇ ਅੱਗੇ ਜਾ ਰਹੀ ਹੈ ਤੋ ਮੇਰੇ ਵੀ ਜਿਹੜੇ ਜੋ ਮੈਂ ਬੋਲਦਾ ਉਹ ਦੁਨੀਆ ਭਰ ਚ ਜਾਂਦਾ ਸੋ ਉਹਦੇ ਕਰਕੇ ਕੁਝ ਵਧਿਆ ਸੋ ਉਸ ਵੇਲੇ ਤੋਂ ਲੈ ਕੇ ਜਿਹੜੇ ਲੋਕ ਸਹੀ ਮਰਿਆਦਾ ਜਾਂ ਸਹੀ ਗੱਲ ਮੈਂ ਜਦੋਂ ਕਰਦਾ ਤੋ ਫਿਰ ਉਹਨਾਂ ਨੂੰ ਲੋਕ ਸਵਾਲ ਕਰਦੇ ਤੁਸੀਂ ਇੱਥੇ ਗਲਤ ਹੋ ਤੁਸੀਂ ਇੱਥੇ ਗਲਤ ਹੋ ਬਹੁਤ ਬੰਦੇ ਹੋ ਸਕਦੇ ਜੀ ਤੁਹਾਨੂੰ ਕਿਸੇ ਨੇ ਪਹਿਲਾਂ ਥ੍ਰੈਟ ਤਾਂ ਨਹੀਂ ਕੀਤਾ ਅੱਜ ਤੱਕ ਜਦੋਂ ਤੁਸੀਂ ਕੰਮ ਕਰ ਰਹੇ ਹੋ ਜਦੋਂ ਤੁਸੀਂ ਪ੍ਰਚਾਰ ਕਰ ਰਹੇ ਹੋਗੇ ਕਿਸੇ ਨੇ ਥ੍ਰੈਟ ਕੀਤਾ ਹੋਵੇ ਕਿਸੇ ਨੇ ਕੋਈ ਗੱਲ ਕਹੀ ਹੋਵੇ ਨਹੀਂ ਉਦਾਂ ਸੋਸ਼ਲ ਨੈਟਵਰਕ ਤੇ ਮਾੜਾ ਮੋਟਾ ਚੱਲਦਾ ਰਹਿੰਦਾ ਆ ਪਿਛਲੇ 2-4 10 ਦਿਨਾਂ ਤੋਂ ਕੁਝ ਸਾਡਾ ਚੱਲ ਰਿਆ ਸੀ ਮੈਂ ਟਕਸਾਲ ਨੂੰ ਨਹੀਂ ਕਿਹਾ ਸੀ ਮੈਂ ਤੁਮੇ ਨੂੰ ਟਾਰਗੇਟ ਕੀਤਾ ਸੀ ਸਿੱਧਾ ਮੈਂ ਟਕਸਾਲ ਨੂੰ ਨਹੀਂ ਕਿਹਾ ਟਕਸਾਲ ਦੇ ਸਿੰਘਾਂ ਨਾਲ ਪਿਆਰ ਹੈ ਸਤਿਕਾਰ ਹੈ ਬੰਦੇ ਚੰਗੇ ਨੇ ਪਰ ਤੁਮੇ ਨੂੰ ਮੈਂ ਕਿਹਾ ਸੀ ਕਿ ਤੂੰ ਸਰਕਾਰੀ ਸੰਤ ਬਣ ਕੇ ਰਹਿ ਗਿਆ ਤੇਰਾ ਫਰਜ ਸੀ ਗੁਰਮਾਤਾ ਪ੍ਰਚਾਰ ਕਰਦਾ ਤੂੰ ਗੁਰਮਾਤਾ ਦਾ ਪ੍ਰਚਾਰ ਕਰਨ ਦੀ ਬਜਾਏ ਤੂੰ ਅੱਜ ਸਿਰਫ ਸਰਕਾਰ ਦੀਆਂ ਚਾਪਲੂਸੀਆਂ ਕਰ ਰਿਹਾ ਉਹਨਾਂ ਦੇ ਅੱਗੇ ਪਿੱਛੇ ਫਿਰਦਾ ਤੂੰ ਸਰਕਾਰੀ ਸੰਤ ਐ ਬਸ ਇਹ ਗੱਲ ਮੈਂ ਉਹਨੂੰ ਕਹੀ ਸੀ ਕਿਉਂਕਿ ਉਹਨੇ ਉਸ ਤੋਂ ਪਹਿਲਾਂ ਮੈਨੂੰ ਕਿਹਾ ਸੀ ਕਿ ਤੁਸੀਂ ਗਲਤ ਕਰ ਰਹੇ ਹੋ ਪ੍ਰਚਾਰਕ ਇਦਾਂ ਉਹਨੇ ਕੁਝ ਮੈਨੂੰ ਬੋਲਿਆ ਸੀ ਉਹ ਵੀਡੀਓ ਵਾਇਰਲ ਹੋਈ ਨੈਟ ਤੇ ਤਾਂ ਉਹਦਾ ਮੈਂ ਜਵਾਬ ਦਿੱਤਾ ਵੀ ਤੂੰ ਮੈਨੂੰ ਤਾਂ ਇਦਾਂ ਕਹਿ ਰਿਹਾ ਸੀ ਅਮਰ ਸੰਚਾਰ ਕਰਾ ਰਹੇ ਆ ਅਸੀਂ ਕੰਮ ਕਰ ਰਹੇ ਆ ਜਿਹੜਾ ਕੰਮ ਤੈਨੂੰ ਕਰਨਾ ਚਾਹੀਦਾ ਸੀ ਉਹ ਅਸੀਂ ਕਰ ਰਹੇ ਆ ਤੇ ਤੇਰੀ ਸੰਸਥਾ ਇੱਡੀ ਵੱਡੀ ਰਹੀ ਹੈ ਅੱਜ ਤੱਕ ਤੁਹਾਡੀ ਤਕਸਾਲ ਇੱਡੀ ਵੱਡੀ ਰਹੀ ਹੈ ਇੰਨਾ ਪ੍ਰਚਾਰ ਕੀਤਾ ਵੀ ਤੂੰ ਕੀ ਕਰ ਰਿਹਾ ਹੈ ਤੇ ਤੂੰ ਸਗੋਂ ਜੇ ਮੈਂ ਕਰ ਰਿਹਾ ਤਾਂ ਮੈਨੂੰ ਸ਼ਾਬਾਸ਼ ਹੀ ਦੇ ਵੀ ਬਹੁਤ ਵਧੀਆ ਚਲੋ ਤੁਸੀਂ ਕਰੀ ਚਲੋ ਪਰ ਤੂੰ ਉਲਟਾ ਬਹੁਤ ਵੱਡੀ ਗਲਤ ਸ਼ਬਦਾਵਲੀ ਮੇਰੇ ਵਾਸਤੇ ਵਰਤ ਕੇ ਤੇ ਵੀਡੀਓ ਬਣਾ ਰਿਹਾ ਵਾਇਰਲ ਕਰਦਾ ਤਾਂ ਤੂੰ ਗਲਤ ਕੀਤਾ ਉਹਦਾ ਮੈਂ ਜਵਾਬ ਦਿੱਤਾ ਸੀ ਉਸ ਦਿਨ ਤੋਂ ਰੌਲਾ ਥੋੜਾ ਜਿਹਾ ਵੱਧ ਗਿਆ ਵੀ ਇਹਨਾਂ ਨੇ ਦੀ ਤਕਸਾਲ ਨੂੰ ਕਿਹਾ ਮੈਂ ਕਿਹਾ ਮੈਂ ਤਕਸਾਲ ਨੂੰ ਤਾਂ ਕਿਹਾ ਹੀ ਨਹੀਂ ਮੈਂ ਧੰਮੇ ਦਾ ਨਾਮ ਲਿਆ ਮੈਂ ਕੋਈ ਲਫ਼ਜ਼ ਵੀ ਨਹੀਂ ਵਰਤਿਆ ਵੀ ਟਕਸਾਲ ਮਾੜੀ ਏ ਟਕਸਾਲ ਦਾ ਸਤਕਾਰ ਕਰਦੇ ਆ ਉਹਦੇ ਵਿੱਚ ਬੜੇ ਕੁਰਬਾਨੀ ਵਾਲੇ ਸਿੰਘ ਹੋਏ ਆ ਪ੍ਰਚਾਰ ਕੱਜ ਵੀ ਉਹ ਟਕਸਾਲ ਦੇ ਬੰਦੇ ਪ੍ਰਚਾਰ ਕਰਿਆ ਮੈਂ ਸਿੱਧਾ ਤੋਂ ਮੈਨੂੰ ਟਾਰਗੇਟ ਕੀਤਾ ਸੀ ਤੇ ਉਹ ਇਸ ਕਰਕੇ ਥੋੜਾ ਜਿਹਾ ਚੱਲ ਰਿਹਾ ਸੀ ਪਿਛਲੇ ਦਿਨਾਂ ਤੋਂ ਮੈਂ ਨਹੀਂ ਸੁਣਿਆ ਪਰ ਮੈਨੂੰ ਪਤਾ ਲੱਗਿਆ ਵੀ ਕੁਝ ਵੀ ਇਦੋਂ ਇਦਾਂ ਦੇ ਕਲਿੱਪ ਵੀ ਆਏ ਹੋਏ ਆ ਨੈਟ ਤੇ ਵੀ ਤੁਸੀਂ ਆਓ ਤੁਸੀਂ ਉੱਥੋਂ ਚੱਲੋ ਅਸੀਂ ਇਹ ਤੁਹਾਨੂੰ ਲੁਧਿਆਣਾ ਨਹੀਂ ਲੰਘਣ ਦੇਾਂਗੇ ਇੱਥੋਂ ਤੱਕ ਵੀ ਮੈਂ ਸੁਣਿਆ ਵੀ ਉਹਦੇ ਵਿੱਚ ਕੋਈ ਕਲਿੱਪ ਆਏ ਸੋ ਉਸ ਤੋਂ ਬਾਅਦ ਇਹ ਨਹੀਂ ਕਿ ਮੈਨੂੰ ਪ੍ਰੋਪਰ ਨਹੀਂ ਮੈਂ ਕਹਿ ਸਕਦਾ ਵੀ ਉਹੀ ਗਰੁੱਪ ਹੈ ਜਾਂ ਕੌਣ ਹੈ ਪਰ ਇਦਾਂ ਹੋਇਆ ਜ਼ਰੂਰ ਜੀ ਤੇ ਤੁਹਾਨੂੰ ਫਿਲਹਾਲ ਦੀ ਘੜੀ ਜਿਹੜੀ ਇਨਵੈਸਟੀਗੇਸ਼ਨ ਪੁਲਿਸ ਦੀ ਚੱਲ ਰਹੀ ਆ ਤੁਸੀਂ ਪੁਲਿਸ ਨੂੰ ਕੋਈ ਸਪੈਸੀਫਿਕ ਕਹੇਗਾ ਕਿ ਇਹ ਸਪੈਸੀਫਿਕ ਹੁਣ ਤੁਸੀਂ ਅੱਜ ਦੇਖੋ 4-5 ਫੋਟੋਆਂ ਆਈਆਂ ਗੱਡੀਆਂ ਦੀਆਂ ਉਹਨਾਂ ਗੱਡੀਆਂ ਦੇ ਨੰਬਰ ਜਿਹੜੇ ਆ ਤੁਸੀਂ ਇੰਟਰਨੈਟ ਤੇ ਪਾਓ ਮੈਂ ਨਾਂ ਨਹੀਂ ਲੈ ਰਿਹਾ ਤੁਸੀਂ ਇੰਟਰਨੈਟ ਤੇ ਉਹ ਨੰਬਰ ਪਾਓ ਐਪ ਜੇ ਐਪਲੀਕੇਸ਼ਨ ਹੈਗੀ ਹੈ ਤਾਂ ਉਹਦੇ ਵਿੱਚ ਪਤਾ ਲੱਗ ਜਾਏਗਾ ਕਿ ਇਹ ਗੱਡੀ ਕਿਸ ਦੇ ਨਾਂ ਬੋਲਦੀ ਹੈ ਸਫਾਰੀ ਗੱਡੀ ਏ ਇਨੋਵਾ ਗੱਡੀ ਏ ਬਲੋਰੋ ਗੱਡੀ ਏ ਕਿ ਬਲੋਰੋ ਕੈਂਪਰ ਇਹ ਗੱਡੀਆਂ ਜਿਹੜੀਆਂ ਨੇ ਕਿੰਨਾ ਕਿੰਨਾ ਬੰਦਿਆਂ ਦੇ ਨਾਮ ਬੋਲਦੀਆਂ ਨੇ ਉਹਨਾਂ ਦਾ ਨਾਮ ਆ ਜਾਂਦਾ ਉੱਤੇ ਉਹਦਾ ਜਿਹੜਾ ਹੈਗਾ ਗੱਡੀ ਦਾ ਨੰਬਰ ਪਾ ਕੇ ਤਾਂ ਉਹਦਾ ਜਿਹੜਾ ਚਸ 86 ਨੰਬਰ ਹੈ ਇੰਜਨ ਨੰਬਰ ਹੈ ਗੱਡੀ ਦਾ ਕਿਹਤ ਬੰਦੇ ਦੇ ਨਾਮ ਬੋਲਦੀ ਹੈ ਤਾਂ ਪਿਓ ਦਾ ਨਾਮ ਕੀ ਹੈ ਕਿੱਥੋਂ ਦੀ ਗੱਡੀ ਹੈ ਤੇ ਕਲੀਅਰ ਹੋ ਰਿਹਾ ਤੁਸੀਂ ਚੈੱਕ ਕੀਤਾ ਹੋ ਆ ਚੈੱਕ ਹੋਇਆ ਜੀ ਉਹ ਸਾਰਾ ਤੁਸੀਂ ਮੈਂ ਕਿੰਨਾ ਚੈੱਕ ਕਰਕੇ ਦੱਸੋ ਜੇ ਤੁਸੀਂ ਉਹ ਚੈੱਕ ਕਰ ਸੋ ਕੋਈ ਇੰਟਰਨੈਟ ਤੇ ਕਿਉਂਕਿ ਮੈਂ ਇਹ ਕਹਿਣਾ ਵੀ ਪੁਲਿਸ ਸਾਨੂੰ ਦੱਸੇ ਅਸੀਂ ਆਪਣੇ ਤੌਰ ਤੇ ਤਾਂ ਪਤਾ ਕਰਾ ਹੀ ਰਹੇ ਆਂ ਵੀ ਜਿਹੜੀ ਗੱਡੀ ਸਫਾਰੀ ਗੱਡੀ ਜਿਹੜੀ ਹੈ ਉਹ ਜਿਹੜਾ ਨੰਬਰ ਉਹਦੇ ਚ ਆ ਰਿਹਾ ਜੀ 0015 ਵਾਲੀ ਗੱਡੀ ਉਹ ਪ੍ਰਚਾਰ ਵਾਸਤੇ ਜਾਂਦੀ ਹੈ ਕਥਾ ਕਰਨ ਵਾਸਤੇ ਜਾਂਦੀ ਹੈ ਬੰਦੇ ਵਰਤਦੇ ਨੇ ਉਹਨੂੰ ਹੁਣ ਵਰਤਨ ਵਾਲੇ ਬੰਦੇ ਜੇ ਕੱਲ ਪਾਸੇ-ਪਾਸੇ ਨਿਕਲ ਜਾਂਦੇ ਨੇ ਫਿਰ ਪ੍ਰਸ਼ਾਸਨ ਦੀ ਨਿਲੇਖੀ ਹੈ ਕਿਉਂਕਿ ਉਹ ਪ੍ਰੋਗਰਾਮਾਂ ਤੇ ਜਾਣ ਵਾਲੀ ਗੱਡੀ ਤੇ ਮੇਰੇ ਤੇ ਗੋਲੀਆਂ ਵਰਾ ਰਹੀ ਸੀ ਕਲੀਅਰ ਜਿਹੜੀ ਗੱਲ ਹੋਈ ਹੈ ਪਰ ਬਾਕੀ ਇਹ ਵੀ ਉਹ ਤੁਸੀਂ ਖੁਦ ਪਤਾ ਵੇਖੋ ਪਰ ਉਹ ਜਰਾ ਪਤਾ ਲੱਗ ਜਾਏਗਾ ਤੇ ਜੇ ਕੱਲ ਪਰਸੋਂ ਤੱਕ ਸਰਕਾਰ ਨੇ ਨਾ ਕੁਝ ਦੱਸਿਆ ਤਾਂ ਫਿਰ ਅਸੀਂ ਆਪਣੇ ਤੌਰ ਤੇ ਤਾਂ ਫਿਰ ਕਲੀਅਰ ਕਰਾਂਗੇ ਵੀ ਤੁਸੀਂ ਅਸਲ ਦੋਸ਼ੀਆਂ ਨੂੰ ਕਿਉਂ ਨਹੀਂ ਫੜਦੇ ਧੁੰਮਾਵਾਰੇ ਤੁਸੀਂ ਕਹੇ ਧੁੰਮਾ ਬੜਾ ਦਾਵਾ ਕਰਦੇ ਨੇ ਕਿ ਸੰਤ ਸਮਾਜ ਨੂੰ ਬੜਾ ਨਾਲ ਲੈ ਕੇ ਮੈਂ ਚੱਲ ਰਿਹਾ ਔਰ ਸਿੱਖੀ ਦੀ ਸਭ ਤੋਂ ਵੱਡੀ ਸੇਵਾ ਸਿੱਖ ਵਿਚਾਰਧਾਰਾ ਦੀ ਅਸੀਂ ਕਰ ਰਹੇ ਹਾਂਗੇ ਸੰਤ ਸਮਾਜ ਕਰ ਰਿਹਾਗਾ ਪਬਲਿਕ ਜਿਹੜੀ ਹੈ ਜੀ ਉਹ ਸਾਰਾ ਕੁਝ ਜਾਣਦੀ ਏ ਅਸਲੀ ਜਿਹੜੇ ਕੋਈ ਗੁਰਮਖ ਬਾਪੂਰਖ ਜਾਂ ਸੰਤ ਹੈਗੇ ਨੇ ਉਹ ਇਦਾਂ ਦੇ ਨਹੀਂ ਹੁੰਦੇ ਜੋ ਕਿ ਜੋ ਸਿਸਟਮ ਇਹਨਾਂ ਨੇ ਬਣਾਇਆ ਹੋਇਆ ਕਬਜੇ ਕਰਨ ਵਾਲਾ ਉਹ ਇਦਾਂ ਦਾ ਕੰਮ ਨਹੀਂ ਕਰਦੇ ਜਿਹੜੇ ਅਸਲੀ ਸੰਤ ਹੁੰਦੇ ਨੇ ਬਾਕੀ ਇਹਨਾਂ ਦੇ ਨਾਲ ਕੁਝ ਬੰਦੇ ਹੈ ਸੀ ਕਿ ਉਹ ਹੁਣ ਟੁੱਟ ਚੁੱਕੇ ਐ ਮੈਂ ਲਖਵੀਰ ਸਿੰਘ ਨਤਵਾੜੇ ਵਾਲੇ ਰੰਦਾਵੇ ਵਾਲੇ ਸੀ ਦੋ ਚਾਰ ਸੀਗੇ ਉਹ ਸਭ ਹਟ ਗਏ ਇਹਨਾਂ ਨਾਲ ਪਿੱਛੇ ਕਦੇ ਅਸੀਂ ਵੀ ਰਹਿ ਆ ਮੈਂ ਉਹਨਾਂ ਦੇ ਨਾਲ ਜਾਣ ਵਾਲ ਪਰ ਇਹਨਾਂ ਦਾ ਸਿਸਟਮ ਹੀ ਨਹੀਂ ਠੀਕ ਹੈਗਾ ਇਹਨਾਂ ਨੂੰ ਮੈਂ ਨਹੀਂ ਪਸੰਦ ਕਰਦਾ ਟਕਸਾਲ ਨੂੰ ਮੈਂ ਮਾੜਾ ਨਹੀਂ ਕਹਿੰਦਾ ਪਰ ਇਹਨਾਂ ਨੂੰ ਮੈਂ ਪਸੰਦ ਨਹੀਂ ਕਰਦਾ ਬਸ ਜੀ ਤੁਹਾਨੂੰ ਲੱਗਦਾ ਕਿ ਤੇ ਇਹੀ ਚੀਜ਼ਾਂ ਜਿਵੇਂ ਤੁਸੀਂ ਬੋਲਦੇ ਹੋ ਬੜਾ ਤਰਲੇ ਨਾਲ ਹੁਣ ਵੀ ਬੋਲ ਰਹੇ ਹੋ ਪਹਿਲਾਂ ਵੀ ਬੋਲਦੇ ਹੋ ਦੀਵਾਨਾ ਅੱਜ ਤੁਸੀਂ ਇਹੀ ਕਾਰਨ ਬਣਦੇ ਆਗੇ ਬਿਲਕੁਲ ਇਹੀ ਗੱਲ ਹੈ ਜੀ ਮੈਂ ਤੁਹਾਨੂੰ ਇਹ ਕਹਿ ਰਿਹਾ ਵੀ ਜੇ ਮੈਂ ਝੂਠ ਬੋਲ ਰਿਹਾ ਫਿਰ ਤਾਂ ਮੈਂ ਜਵਾਬ ਦੇ ਆਂ ਕਿ ਮੈਂ ਗਲਤ ਕਹਿ ਰਿਹਾ ਜਿਹੜੀ ਗੱਲ ਮੈਂ ਤੁਹਾਨੂੰ ਤੁਸੀਂ ਦੇਖੋ ਵੀ ਤੁਸੀਂ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕਦੇ ਹੋ ਕਦੇ ਆਓ ਗੁਰਦੁਆਰੇ ਤਾਂ ਮੱਥਾ ਟੇਕਦੇ ਹੀ ਆਸੀ ਮੱਥਾ ਟੇਕਣ ਦਾ ਮਤਲਬ ਹੈ ਵੀ ਤੁਸੀਂ ਤੁਹਾਨੂੰ ਮੰਨਦੇ ਆ ਤੇ ਅਸੀਂ ਜਿਹੜੇ ਹੈਗੇ ਆ ਪ੍ਰਚਾਰਕ ਆ ਸਾਡਾ ਫਰਜ਼ ਇਹ ਬਣਦਾ ਵੀ ਜੋ ਉਹਦੇ ਚ ਲਿਖਿਆ ਹੈ ਉਹਦੇ ਚ ਆਪਣੇ ਕੋણો ਜੋੜ ਪੂ ਵਪਬਲਿਕ ਵਿੱਚ ਦਸੀਏ ਬੇਦਾ ਅਰਥ ਆ ਬੜਦਾ ਹੁਣ ਜੇ ਕਿਸੇ ਤੇ ਵੀ ਲੱਗਦਾ ਕਿਸੇ ਤੇ ਵੀ ਲੱਗਦੀ ਹੈ ਗੱਲ ਉਹ ਮੇਰੇ ਤੇ ਖੁਦ ਤੇ ਲੱਗਦੀ ਹੈ ਜਦੋਂ ਮੈਂ ਆਪਣੇ ਬਾਰੇ ਕਹਿੰਦਾ ਵੀ ਆਹ ਗੱਲ ਮੇਰੇ ਵਾਸਤੇ ਆਈ ਹੈ ਦੇਖੋ ਗੁਰੂ ਗ੍ਰੰਥ ਸਾਹਿਬ ਚ ਮੇਰੇ ਵਾਸਤੇ ਲਿਖਿਆ ਵੀ ਮੈਂ ਇੱਥੇ ਆ ਗਲਤ ਕਰਦਾ ਮੇਰੇ ਵਰਗੇ ਪ੍ਰਚਾਰਕਾਂ ਲਈ ਆਈ ਹੈ ਤੇ ਮੈਨੂੰ ਸੁਧਰਨਾ ਚਾਹੀਦਾ ਆਹ ਗੱਲ ਗਲਤ ਹੈ ਉਹ ਗੱਲਾਂ ਜਿਹੜੀਆਂ ਨੇ ਹਰਕ ਨੂੰ ਚੁੱਭਦੀਆਂ ਨੇ ਮੈਨੂੰ ਲੱਗਦਾ ਹੈ ਕਿ ਇਹਨਾਂ ਨੂੰ ਵੀ ਚੁੱਭਦੀਆਂ ਤੁਹਾਨੂੰ ਆਪਣੀ ਟੀਮ ਚ ਆਮ ਤੌਰ ਤੇ ਕਈ ਵਾਰ ਇਹ ਹੁੰਦਾਗਾ ਕਿ ਬੰਦੇ ਨੂੰ ਆਪਣੀ ਟੀਮ ਤੇ ਵੀ ਸ਼ੱਕ ਹੁੰਦਾ ਕਿ ਤੁਹਾਡੀ ਪਲ-ਪਲ ਦੀ ਇਨਫੋਰਮੇਸ਼ਨ ਕਿਸੇ ਕੋਲ ਕਿਵੇਂ ਜਾ ਰਹੀ ਸੀ ਤੁਹਾਨੂੰ ਉਹਦੀ ਟੀਮ ਤੇ ਕਿਸੇ ਤੇ ਸ਼ੱਕ ਹੈਗਾ ਕਿਸੇ ਬੰਦੇ ਤੇ ਸ਼ੱਕ ਨਹੀਂ ਨਹੀਂ ਇਦਾਂ ਦਾ ਇਦਾਂ ਦਾ ਨਹੀਂ ਜਿੰਨੇ ਕੁ ਸਿੰਘ ਮੇਰੇ ਕੋਲ ਜਥੇ ਵਿੱਚ ਨੇ ਉਹ ਬੜੇ ਪੁਰਾਣੇ ਕਈ ਸਾਲਾਂ ਦੇ ਮੇਰੇ ਨਾਲ ਲੱਗੇ ਹੋਏ ਆ ਉਹਨਾਂ ਵਿੱਚੋਂ ਨਹੀਂ ਪਰ ਦੇਖੋ ਇੱਥੇ ਸੰਗਤ ਦੇ ਆਮ ਨਾਰਮਲ ਬੰਦੇ ਖੜੇ ਆ ਇੱਥੇ 50 ਬੰਦੇ ਖੜੇ ਆ ਉਹਨਾਂ ਬੰਦਿਆਂ 'ਚੋਂ ਕਿਸੇ ਨੇ ਫੋਨ ਕਰਤਾ ਵੀ ਇੱਥੋਂ ਚੱਲ ਪੇ ਉਸ ਤੋਂ ਬਾਅਦ ਇੱਕ ਬੰਦਾ ਨਾਬੇ ਖਿਲਾ ਰਿਆ ਹੁਣ ਇੱਥੋਂ ਲੰਘੇ ਦੂਜਾ ਬੰਦਾ ਮਲੇਰਕੋਟਲੇ ਖਿਲਾ ਰਿਆ ਹੁਣ ਇੱਥੋਂ ਲੰਘੇ ਤੀਜਾ ਬੰਦਾ ਬਸ ਚਾਰ ਬੰਦੇ ਕੋ ਹੁਣ ਤਸਵੀਰ ਸਿੰਘ ਦੇ ਸਿਰੇ ਇਨਫੋਰਮੇਸ਼ਨ ਮਿਲੀ ਜਾਂਦੀ ਬਾਕੀ ਫੋਨਾਂ ਫੋਨ ਵਗੈਰਾ ਜਿਹੜੇ ਨੇ ਟ੍ਰੇਸ ਹੋ ਜਾਂਦੇ ਨੇ ਕਿੱਡੀ ਕਿੱਥੇ ਜਾ ਰਹੀ ਹੈ ਸਭ ਪਤਾ ਲੱਗਦਾ ਤੁਸੀਂ ਹੁਣ ਉਦੋਂ ਨਹੀਂ ਕੀਤੀ ਚਾਹੀ ਉਸ ਟਾਈਮ ਹੁਣ ਕੋਈ ਗੱਲਬਾਤ ਕੀਤੀ ਪੰਜਾਬ ਦੇ ਗ੍ਰਹਿ ਮੰਤਰੀ ਤੇ ਉਪ ਮੁੱਖ ਮੰਤਰੀ ਸੁਭੀਸ਼ ਸਿੰਘ ਬਾਦਲ ਨਾਲ ਜਾਂ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨਾਲ ਕੋਈ ਇਸ ਤਰ੍ਹਾਂ ਦੀ ਤੁਸੀਂ ਜਿਆ ਮਨ ਬਣਾਇਆਗਾ ਕਿ ਤਸਵੀਰ ਸਿੰਘ ਬਾਦਲ ਹੋਣਾ ਦਾ ਜਾਂ ਪ੍ਰਕਾਸ਼ ਸਿੰਘ ਬਾਦਲ ਹੋਣਾ ਦਾ ਫੋਨ ਆਇਆ ਮੈਨੂੰ ਕੇਜਰੀਵਾਲ ਦਾ ਵੀ ਫੋਨ ਆਇਆ ਮੈਨੂੰ ਕੈਪਟਨ ਅਮਰਿੰਦਰ ਸਿੰਘ ਦਾ ਵੀ ਫੋਨ ਆਇਆ ਸੁੱਚਾ ਸਿੰਘ ਹੁਣੇ ਆ ਕੇ ਗਏ ਭਗਵੰਤ ਮਾਨ ਦਾ ਫੋਨ ਆਇਆ ਮਨਪ੍ਰੀਤ ਬਾਦਲ ਦਾ ਫੋਨ ਆਇਆ ਯਾਨੀ ਕਿ ਮੈਂ ਸਾਰਿਆਂ ਦਾ ਨਾਂ ਤਾਂ ਲਿਆ ਕਿਉਂਕਿ ਮੈਂ ਇੱਕ ਪਾਰਟੀ ਨਾਲ ਨਹੀਂ ਜੁੜਨਾ ਚਾਹੁੰਦਾ ਸਾਰੇ ਜਿਹੜੇ ਐ ਫੋਨ ਕਰਕੇ ਆਪਣੀ ਆਪਣੀ ਹਮਦਰਦੀ ਦੱਸ ਸਰਕਾਰ ਹੈ ਜਿੰਨਾਂ ਦੀ ਉਹਨਾਂ ਨੇ ਕਿਹਾ ਕਿ ਜੋ ਅਸਲ ਬੰਦੇ ਨੇ ਅਸੀਂ ਤੁਹਾਡੇ ਸਾਹਮਣੇ ਲੈ ਕੇ ਆਵਾਂਗੇ ਸੋ ਮੈਨੂੰ ਇਹ ਹੈ ਕਿ ਸਾਡੇ ਜੋ ਅਸਲ ਬੰਦੇ ਸਾਡੇ ਸਾਹਮਣੇ ਆ ਜਾਣ ਜਿਨ੍ਹਾਂ ਨੇ ਸਾਡੇ ਸਾਥੀ ਦਾ ਕਤਲ ਕੀਤਾ ਤੇ ਮੈਂ ਨਹੀਂ ਚਾਹੁੰਦਾ ਕਿ ਬੰਦਾ ਆਵੇ ਸ਼ੂਟਰ ਲੈ ਆਓ ਸਾਹਮਣੇ ਸ਼ੂਟਰ ਨਹੀਂ ਇਨਾਂ ਦੇ ਪਿੱਛੇ ਪਲਾਨ ਮਾਸਟਰਮਾਈਂਡ ਕੌਣ ਹੈ ਕਿਸ ਬੰਦੇ ਨੇ ਸਾਰੀ ਇਹ ਲੈ ਲੀ ਜੀ ਸਿਰਫ ਸ਼ੂਟਰ ਫੜਿਆ ਜਾਂਦਾ ਜਾਂ ਉਹ ਬੰਦੇ ਫੜੇ ਜਾਂਦੇ ਨੇ ਤੇ ਜਿਹੜਾ ਤੁਸੀਂ ਕਹਿ ਰਹੇ ਹੋ ਮਾਸਟਰਮਾਈਂਡ ਨਹੀਂ ਆਉਂਦਾ ਤਾਂ ਤੁਹਾਡਾ ਫਿਰ ਕੀ ਸਟੈਪ ਹੋਊਗਾ ਉਹ ਫਿਰ ਅਸੀਂ ਅੱਗੇ ਵਿਚਾਰ ਕਰਕੇ ਜਥੇਬੰਦੀ ਦੇ ਨਾਲ ਜਾਂ ਹੋਰ ਸਾਰੀਆਂ ਜਿੰਨੀਆਂ ਆਪਣੀਆਂ ਜਿਹੜੇ-ਜਿਹੜੇ ਮੈਨੂੰ ਪਿਆਰ ਕਰਨ ਵਾਲੇ ਆ ਉਹਨਾਂ ਨਾਲ ਵਿਚਾਰ ਕਰਕੇ ਮੈਂ ਡਿਸੀਜਨ ਲਵਾਂਗਾ ਕਿ ਕੋਈ ਸਾਡਾ ਕੌਮ ਦਾ ਨੁਕਸਾਨ ਵੀ ਨਾ ਹੋਵੇ ਸਾਡੇ ਚ ਭਰਾ ਮਾਰੂ ਜੰਗ ਵੀ ਨਾ ਹੋਵੇ ਸਾਡਾ ਸਿੱਖਾਂ ਦਾ ਜਲੂਸ ਵੀ ਨਾ ਵਰਲਡ ਵਿੱਚ ਨਿਕਲੇ ਵੀ ਸਿੱਖ ਕਰਪਾਨਾ ਲਹਿਰਾਉਂਦੇ ਤੁਰੇ ਫਿਰਦੇ ਆ ਸਿੱਖ ਦੁਕਾਨਾਂ ਭੰਨਦੇ ਆ ਅਸੀਂ ਐਸਾ ਕੁਝ ਨਾ ਕਰੀਏ ਪਬਲਿਕ ਦਾ ਵੀ ਨੁਕਸਾਨ ਨਾ ਹੋਵੇ ਟਰਾਂਸਪੋਰਟ ਦਾ ਕਿਸੇ ਚੀਜ਼ ਦਾ ਕੋਈ ਨੁਕਸਾਨ ਨਾ ਹੋਵੇ ਕੋਈ ਦੁਕਾਨਾਂ ਨਾ ਭਨੀਆਂ ਜਾਣ ਐਸਾ ਕੋਈ ਰੀਜਨ ਹੋਵੇ ਕਿ ਸਾਡਾ ਸਾਡਾ ਸੰਘਰਸ਼ ਵੀ ਚੱਲੇ ਤੇ ਸਾਡੀ ਕੌਮ ਦਾ ਜਲੂਸ ਵੀ ਲੱਗੇ ਸਿੱਖ ਧਰਮ ਦੇ ਅੰਦਰ ਸੰਵਾਦ ਬਹੁਤ ਵੱਡੀ ਚੀਜ਼ ਰਹੀ ਹੈ ਗੁਰੂ ਨਾਨਕ ਦੇਵ ਜੀ ਆਪਣੇ ਬਹੁਤ ਵਿਰੋਧੀਆਂ ਨਾਲ ਜਾ ਕੇ ਸੰਵਾਦ ਕਰਦੇ ਰਹੇ ਨੇ ਸਿੱਧਾਂ ਨਾਲ ਗੋਸ਼ਟੀਆਂ ਨੇ ਦੀ ਕਾਰਨ ਹੈ ਕਿ ਫਿਰ ਉਹ ਸੰਵਾਦ ਦੀ ਪਰੰਪਰਾ ਮਜ਼ਬੂਤ ਨਹੀਂ ਹੋਈ ਤੁਹਾਨੂੰ ਕਿਉਂ ਨਹੀਂ ਲੱਗਿਆ ਕਿ ਜਿਹੜੇ ਉਹ ਬੰਦੇ ਨੇ ਉਹਨਾਂ ਨਾਲ ਗੱਲਬਾਤ ਕਰ ਲਈ ਜਾਂ ਉਹਨਾਂ ਬੰਦਿਆਂ ਨੂੰ ਕਿਉਂ ਨਹੀਂ ਲੱਗਿਆ ਸਿੱਖੀਜ਼ਮ ਚ ਹੋ ਕੀ ਰਿਹਾਗਾ ਇਹ ਨਹੀਂ ਜੀ ਅਸਲ ਵਿੱਚ ਮੈਂ ਹੁਣ ਬਹੁਤ ਕੁਝ ਹੈਗਾ ਮੈਂ ਆਉਣ ਵਾਲੇ ਸਮੇਂ ਦੇ ਵਿੱਚ ਕਲੀਅਰ ਕਰੂੰਗਾ ਕਿ ਇਹਦਾ ਕਾਰਨ ਕੀ ਹੈ ਕਿ ਅਸੀਂ ਅਸੀਂ ਟੁੱਟੇ ਕਿਉਂ ਆ ਮੈਂ ਖੁਦ ਚਾਹੁੰਦਾ ਸੀ ਕਿ ਮੈਂ ਇੱਕ ਬਹੁਤ ਵੱਡੀ ਕ੍ਰਾਂਤੀ ਲਿਆਉਣ ਵਾਸਤੇ ਮੈਂ ਕਦਮ ਚੁੱਕਾ ਪਰ ਮੈਂ ਸੋਚ ਰਿਹਾ ਸੀ ਕਿ ਟਾਈਮ ਲੰਘ ਜਵੇ ਹੋਰ ਹਜੇ ਹੋਰ ਮਜ਼ਬੂਤ ਹੋਵੂ ਇੱਕ ਸਾਲ ਨੂੰ ਦੋ ਸਾਲ ਨੂੰ ਪਰ ਹੁਣ ਮੈਂ ਸੋਚਦਾ ਵੀ ਕਲੀਅਰ ਕਰੀਏ ਗੱਲਾਂ ਵੀ ਕਾਰਨ ਕੀ ਐ ਅਸੀਂ ਇੰਨੇ ਫਟ ਕੇ ਸਾਡੇ ਵਿੱਚ ਪਈ ਹੋਈ ਇਹ ਮੈਂ ਆਉਣ ਵਾਲੇ ਸਮੇਂ ਵਿੱਚ ਪ੍ਰੋਪਰ ਇਹਦੇ ਵਾਸਤੇ ਮੈਂ ਇੱਕ ਘੰਟਾ ਜਿਆਦਾ ਘੰਟਾ ਪ੍ਰੋਪਰ ਮੈਂ ਸਪੈਸ਼ਲ ਮੀਡੀਆ ਸਾਧਕੇ ਰਿਕਾਰਡਿੰਗ ਕਰਕੇ ਮੈਂ ਪ੍ਰੋਪਰ ਇਹ ਕਰਾਂਗਾ ਵੀ ਕਾਰਨ ਕੀ ਐ ਸਾਡਾ ਅਸੀਂ ਟੁੱਟੇ ਕਿਉਂ ਹੋਏ ਅਸੀਂ ਆਡਾ ਅਡ ਕਿਉਂ ਹੋਏ ਸੋ ਇਹ ਹੁਣ ਨਹੀਂ ਮੈਂ ਕਹਿ ਸਕਦਾ ਬਾਕੀ ਵੱਡੀ ਗੱਲ ਸਿਰਫ ਇੰਨੀ ਹੀ ਐ ਕਿ ਤੁਹਾਡੀ ਵਿਚਾਰਧਾਰਾ ਵੀ ਗੁਰੂ ਗ੍ਰੰਥ ਸਾਹਿਬ ਮੁਤਾਬਕ ਹੈ ਤੇ ਮੇਰੀ ਵਿਚਾਰਧਾਰਾ ਵੀ ਗੁਰੂ ਗ੍ਰੰਥ ਸਾਹਿਬ ਮੁਤਾਬਕ ਹੈ ਤੁਹਾ ਵਿਚਾਰ ਵਿਚਾਰਾਂ ਦੇ ਸੰਗ੍ਰਹਿ ਨੂੰ ਅਸੀਂ ਗੁਰੂ ਸਾਹਿਬ ਕਹਿੰਦੇ ਆ ਗ੍ਰੰਥ ਗ੍ਰੰਥ ਗੁਰੂ ਗ੍ਰੰਥ ਸਾਹਿਬ ਜੀ ਮਤਲਬ ਸ਼ਬਦ ਸ਼ਬਦ ਮਤਲਬ ਥਾਟਸ ਸਿਰਫ ਇੱਕ ਵਿਚਾਰ ਉਹ ਜਿਹੜੇ ਵਿਚਾਰ ਨੇ ਤੁਸੀਂ ਵੀ ਉਹਨਾਂ ਤੋਂ ਵਿਚਾਰ ਲੈਨੇ ਹੋ ਤੁਹਾਡੀ ਸੋਚ ਵੀ ਉਹਨਾਂ ਵਰਗੀ ਹੈ ਤੇ ਮੈਂ ਵੀ ਉਹਨਾਂ ਤੋਂ ਵਿਚਾਰ ਲੈਣਾ ਮੇਰੀ ਸੋਚ ਵੀ ਉਹਨਾਂ ਵਰਗੀ ਤੇ ਸਾਡੇ ਵਿੱਚ ਫਿਰ ਲੜਾਈ ਕਾਹਤੋਂ ਹੋਏਗੀ ਸਾਡੇ ਅਸੀਂ ਤਲਵਾਰਾਂ ਸ੍ਰੀ ਸਾਭਾ ਪਾ ਲਈਆਂ ਦਮਾਲੇ ਦਸਤਾਰਾਂ ਬਨ ਲੈ ਪਰ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਵਿਚਾਰ ਦੇ ਲਈ ਜੇ ਉਹਨਾਂ ਦੀ ਵਿਚਾਰ ਤੁਹਾਡੀ ਤੇ ਮੇਰੀ ਵਿਚਾਰ ਬਣੇ ਤੇ ਸਾਡੇ ਮਤਭੇਦ ਖਤਮ ਹੋ ਜਾਣਗੇ ਦੇਖੋ ਇੱਕ ਗੱਲ ਹੈ ਪਤੀ ਪਤਨੀ ਉਹ ਨੇ ਏਕ ਜੋਤ ਦੋਏ ਮੂਰਤੀ ਤਾਂ ਫਿਰ ਕਹੀਏ ਸੋਏ ਪਤੀ ਪਤਨੀ ਉਹ ਨੇ ਜਿਨ੍ਹਾਂ ਦੇ ਵਿਚਾਰ ਜੋਤ ਦਾ ਅਰਥ ਹੁੰਦਾ ਵਿਚਾਰ ਜੋਤ ਦਾ ਹੁੰਦਾ ਚਾਨਣ ਚਾਨਣ ਮੀਂਹ ਵਿਚਾਰ ਚਾਨਣੀ ਕਰਦੇ ਨੇ ਗਿਆਨ ਚਾਨਣੀ ਕਰਦਾ ਸੋ ਜਦੋਂ ਅਸੀਂ ਪਤੀ ਪਤਨੀ ਉਹ ਨੇ ਜਿਨ੍ਹਾਂ ਦੇ ਵਿਚਾਰ ਇੱਕ ਨੇ ਤੇ ਜੇ ਵਿਚਾਰ ਇੱਕ ਨਹੀਂ ਤੇ ਇਕੱਠੇ ਬੈਹਿਣ ਨੂੰ ਆਪਾਂ ਕੀ ਕਰਾਂਗੇ ਅੱਜ ਸਾਡੀ ਕੌਮ ਦੀ ਵਿਚਾਰ ਇੱਕ ਨਹੀਂ ਸੋਚ ਇੱਕ ਨਹੀਂ ਆਪੋ ਤਾਂ ਪੀਆਂ ਪਈਆਂ ਹੋਈਆਂ ਨੇ ਮੇਰੇ ਨਾਲ ਲੱਖ ਬੰਦਾ ਜੁੜਿਆ ਉਹ ਮੇਰੀ ਗੱਲ ਕਰੀ ਜਾਂਦਾ ਦੂਜੇ ਬੰਦੇ ਨਾਲ ਲੱਖ ਬੰਦਾ ਜੁੜਿਆ ਉਹਦੀ ਗੱਲ ਕਰੀ ਜਾਂਦਾ ਤੀਜੇ ਬੰਦੇ ਨਾਲ ਲੱਖ ਬੰਦਾ ਜੁੜਿਆ ਉਹਦੀ ਗੱਲ ਕਰੀ ਜਾਂਦਾ ਕਿਉਂ ਨਾ ਇਹ ਸਾਰੇ ਸਿਰਫ ਗੁਰੂ ਗ੍ਰੰਥ ਸਾਹਿਬ ਨਾਲ ਜੁੜੇ ਹੋਣ ਇਹ ਉਹ ਗੁਰੂ ਗ੍ਰੰਥ ਸਾਹਿਬ ਨਾਲੋਂ ਹਟ ਕੇ ਮੇਰੇ ਪੈਰੋਂਕਾਰ ਜ਼ਿਆਦਾ ਬਣ ਗਏ ਆ ਇਹ ਮੇਰੇ ਲਈ ਲੜਨ ਨੂੰ ਤਿਆਰ ਆ ਪਰ ਗੁਰੂ ਗ੍ਰੰਥ ਸਾਹਿਬ ਕੀ ਕਹਿੰਦੇ ਨੇ ਜੋ ਮੈਂ ਕਹਿਣਾ ਚਾਹੇ ਮੈਂ ਗਲਤ ਹੀ ਕਹਾ ਇਹੀ ਅਲਿਗੇਸ਼ਨ ਤੁਹਾਡੇ ਤੇ ਵੀ ਲੱਗ ਜਾਂਦਾ ਕਿ ਮੈਂ ਤਾਂ ਕਹਿ ਰਿਹਾ ਜਿਹੜਾ ਇਹੀ ਅਲਿਗੇਸ਼ਨ ਕੀ ਮੈਂ ਗਲਤੀ ਕਵਾਂ ਮੇਰੀ ਗੱਲ ਮੰਨੀ ਜਾ ਰਹੀ ਹੈ ਗੁਰੂ ਗ੍ਰੰਥ ਸਾਹਿਬ ਕੀ ਕਹਿੰਦੇ ਨੇ ਮੈਂ ਗੁਰੂ ਗ੍ਰੰਥ ਸਾਹਿਬ ਦੇ ਮੁਤਾਬਕ ਠੀਕ ਇਹ ਨਹੀਂ ਵੇਖਿਆ ਜਾਂਦਾ ਸਿੱਖ ਗੁਰੂ ਗ੍ਰੰਥ ਸਾਹਿਬ ਦੇ ਆ ਸੀ ਨਾ ਕਿ ਬੰਦਿਆਂ ਦੇ ਮੈਂ ਗਲਤਾਂ ਤਾਂ ਮੈਂ ਗਲਤਾਂ ਉਥੇ ਇਹ ਕਹਿਣਾ ਚਾਹੀਦਾ ਵੀ ਸਾਨੂੰ ਨੌਲੇਜ ਹੀ ਸਿੱਖਾਂ ਨੂੰ ਇੰਨੀ ਹੋਵੇ ਕਿ ਗਲਤ ਤੇ ਸਹੀ ਬੰਦੇ ਦੀ ਪਛਾਣ ਅਸੀਂ ਕਰ ਸਕੀ ਜੇ ਹੁਣ ਮੈਂ ਗਲਤਾਂ ਤਾਂ ਮੇਰੇ ਪੈਰੋਂ ਘਰ 10 ਲੱਖ ਬਣ ਗਿਆ ਤਾਂ ਉਹਨਾਂ ਨੇ ਮੇਰੀ ਗੱਲ ਨੂੰ ਫੋਲੋ ਕਰਨਾ ਬਸ ਇਹ ਗਲਤ ਹੈ ਉਹਨਾਂ ਦਾ ਫਰਜ਼ ਬਣਦਾ ਕਿ ਗੁਰੂ ਗ੍ਰੰਥ ਸਾਹਿਬ ਨਾਲ ਜੁੜੀਏ ਅਸੀਂ ਇਹ ਇਹ ਬੰਦਿਆਂ ਦੇ ਸਰੀਰ ਦੇਹ ਨਾਲ ਨਾ ਜੁੜੀਏ ਮੈਂ ਕੀ ਕਹਿ ਰਿਹਾ ਇਹ ਵੇਖਣ ਵੀ ਗੁਰੂ ਗ੍ਰੰਥ ਸਾਹਿਬ ਕੀ ਕਹਿੰਦਾ ਪਰ ਬਹੁਤ ਸਾਰੇ ਲੋਕ ਕਹਿੰਦੇ ਨੇ ਤੁਹਾਡੇ ਬਾਰੇ ਕਿ ਤੁਸੀਂ ਮਨਮਤ ਦੀ ਗੱਲ ਕਰਦੇ ਹੋ ਜਿਹੜੀ ਗੁਰਮਤ ਦੀ ਗੱਲ ਆ ਗਈ ਉਹ ਪਿੱਛੇ ਰਹਿ ਜਾਂਦੀ ਹੈ ਕਿ ਇਹ ਐਲੀਗੇਸ਼ਨ ਲੱਗਦਾ ਇਸ ਗੱਲ ਦਾ ਤਾਂ ਜਵਾਬ ਦੇ ਆ ਮੈਂ ਇਸ ਗੱਲ ਦਾ ਤਾਂ ਮੈਂ ਜਵਾਬ ਦੇ ਆ ਮੈਂ ਤਾਂ ਖੁਦ ਵੇਖੋ ਪਹਿਲੀ ਗੱਲ ਤਾਂ ਇਹ ਵੀਰ ਜੀ ਵੀ ਜਿਹੜਾ ਸਿੱਖ ਹੈ ਉਹ ਸਿੱਖ ਹੈ ਮਰਨ ਜਨਮ ਤੋਂ ਲੈ ਕੇ ਮਰਨ ਤੱਕ ਸਿੱਖ ਹੈ ਸਿੱਖ ਦਾ ਅਰਥ ਹੈ ਸਿੱਖਣਾ ਸਿੱਖ ਸਿੱਖਾ ਸਿੱਖ ਸਿੱਖ ਮਰਨ ਤੱਕ ਸਿੱਖ ਹੈ ਉਹ ਰੋਜ਼ ਸਿੱਖਦਾ ਕੋਈ ਵੀ ਬੰਦਾ ਐਸਾ ਨਹੀਂ ਹੈਗਾ ਜਿਹੜਾ ਕਹੇ ਮੈਂ ਪੂਰਾ ਹੋ ਗਿਆ ਜਦੋਂ ਪੂਰਾ ਬਣ ਗਿਆ ਮੈਨੂੰ ਸਭ ਕੁਝ ਆਉਂਦਾ ਉਹਦੋਂ ਵੀ ਸਿੱਖ ਨਹੀਂ ਰਿਹਾ ਸਿੱਖ ਮਰਨ ਤੱਕ ਹੀ ਸਿੱਖ ਰਹਿੰਦਾ ਮੈਂ ਮਰਨ ਤੱਕ ਸਿੱਖਦਾ ਰਹਿਣਾ ਸਿੱਖ ਰਿਆਂ ਸਿੱਖਦਾ ਹੀ ਰਹੂੰਗਾ ਸੋ ਕੁਝ ਗੱਲਾਂ ਆਪਣੀਆਂ ਵੀ ਜਿਹੜੀਆਂ ਮੈਨੂੰ ਲੱਗਦਾ ਵੀ ਆ ਗੱਲ ਗਲਤ ਹੈ ਮੈਨੂੰ ਖੁਦ ਵੀ ਕੱਟਦਾ ਇਹ ਗੱਲ ਗਲਤ ਹੈ ਹੁਣ ਜਿਵੇਂ ਜਿਵੇਂ ਅਸੀਂ ਗੁਰਬਾਣੀ ਨੂੰ ਪੜ੍ਹਦਾ ਜ਼ਰੂਰੀ ਨਹੀਂ ਜਿਵੇਂ ਅੱਜ ਕਹਿੰਦਾ ਇਹੀ ਸੱਚ ਹੈ ਤਾਂ ਹੀ ਤਾਂ ਕਹਿ ਰਿਹਾ ਵੀ ਜੋ ਮੈਂ ਅੱਜ ਕਹਿ ਰਿਹਾ ਉਹ ਸੱਚ ਨਹੀਂ ਹੋ ਸਕਦਾ ਉਹਦੋਂ ਵੀ ਵੈਰੀ ਗੱਲ ਮੈਨੂੰ ਸਮਝ ਆਵੇ ਤੇ ਮੈਂ ਅੱਜ ਵਾਲੀ ਗੱਲ ਨੂੰ ਵੀ ਕੱਟ ਕੇ ਕਹਾਂ ਵੀ ਨਹੀਂ ਇਹ ਉਸ ਵੇਲੇ ਠੀਕ ਸੀ ਪਰ ਅੱਜ ਉਹਦੂ ਅਗਲਾ ਸਟੈਪ ਹੈ ਇਹ ਇਸ ਕਰਕੇ ਮਨਮਤ ਵਾਲੀ ਤਾਂ ਗੱਲ ਹੀ ਨਹੀਂ ਹੈ ਤਾਂ ਹੀ ਤਾਂ ਕਹਿ ਰਿਹਾ ਵੀ ਗੁਰੂ ਗ੍ਰੰਥ ਸਾਹਿਬ ਦੀ ਕਸਵੱਟੀ ਲਓ ਬਾਣੀ ਦੀ ਕਸਵੱਟੀ ਨਾਲ ਤੁਸੀਂ ਮੇਰੇ ਵਿਚਾਰਾਂ ਨੂੰ ਪਰਖੋ ਜਿਹੜਾ ਸਹੀ ਹੈ ਉਹਨੂੰ ਰੱਖੋ ਜਿਹੜਾ ਗਲਤਾਂ ਨੂੰ ਬਾਹਰ ਕੱਢੋ ਜਿਹੜਾ ਸਿੱਖੀ ਸੰਚੇ ਕਲਚਰ ਆਗਾ ਜਿਵੇਂ ਤੁਸੀਂ ਵੀ ਇੱਕ ਪਰੰਪਰਾ ਚਲਾ ਰਹੇ ਹੋ ਜਾਂ ਗੁਰੂ ਗ੍ਰੰਥ ਸਾਹਿਬ ਦੇ ਮੁਤਾਬਕ ਹੀ ਚਲਾ ਰਹੇ ਹੋ ਪਰ ਤੁਹਾਡਾ ਇੱਕ ਆਪਣਾ ਪਰਮੇਸ਼ਰ ਦਵਾਰ ਆ ਇਸ ਤਰ੍ਹਾਂ ਬਾਬਾ ਦਲੇਰ ਸਿੰਘ ਨੇ ਅ ਬਹੁਤ ਸਾਰੇ ਹੋਰ ਵੀ ਬਾਬੇ ਨੇ ਤੁਹਾਨੂੰ ਲੱਗਦਾਗਾ ਕਿ ਇਹ ਠੀਕ ਆਗਾ ਜਾਂ ਜਿਵੇਂ ਤੁਸੀਂ ਕਹਿ ਰਹੇ ਕਿ ਸਿੱਖ ਪੰਥ ਇੱਕ ਝੰਡੇ ਥੱਲੇ ਇਕੱਠਾ ਹੋਣਾ ਚਾਹੀਦਾਗਾ ਵਿਅਕਤੀਆਂ ਨੂੰ ਛੱਡ ਕੇ ਇੱਕ ਝੰਡੇ ਥੱਲੇ ਦਾ ਮਤਲਬ ਇਹ ਹੈ ਵੀ ਜੀ ਵੀ ਪ੍ਰਚਾਰ ਆਪਾਂ ਕਰਦੇ ਆ ਪ੍ਰਚਾਰ ਕਰਦੇ ਆ ਸੀ ਗੁਰੂ ਗ੍ਰੰਥ ਸਾਹਿਬ ਜੀ ਦਾ ਤੇ ਆ ਜਿਵੇਂ ਹੁਣ ਤੁਸੀਂ ਇੱਥੇ ਦੇਖੋਗੇ ਜਿੰਨੀ ਇੱਥੇ ਜਗ੍ਹਾ ਜ਼ਮੀਨ ਹੈ ਉਹ ਗੁਰੂ ਗ੍ਰੰਥ ਸਾਹਿਬ ਦੇ ਨਾਮ ਹੈ ਉਹ ਗੁਰੂ ਗ੍ਰੰਥ ਸਾਹਿਬ ਦੇ ਨਾਮ ਹੈ ਮੈਂ ਉਹ ਪਰਸਨਲ ਪ੍ਰੋਪਰਟੀ ਨਹੀਂ ਬਣ ਸਕਦੀ ਇਹ ਮੈਂ ਵੇਚ ਨਹੀਂ ਸਕਦਾ ਇਹ ਮੈਂ ਵੇਚ ਕੇ ਕਿਸੇ ਪਾਸੇ ਕਿਉਂਕਿ ਜਿਹੜੀ ਚੀਜ਼ ਇੱਕ ਤਾਂ ਹੁੰਦੀ ਤੁਸੀਂ ਪ੍ਰੋਪਰਟੀ ਰੱਖ ਲਈ ٹرسٹ ਬਣਾ ਲਿਆ ٹرسٹ ਦੇ ਨਾਂ ਕਰਾਤੀ ٹرسٹ ਭੰਗ ਹੋ ਸਕਦਾ ਹੈ ٹرسٹ ਦਾ ਤਾਂ ਮਾਲਕ ਮੈਂ ਹੀ ਆ ਪਰ ਜਦੋਂ ਜਿਹੜੀ ਚੀਜ਼ ਤੁਸੀਂ ਗੁਰੂ ਗ੍ਰੰਥ ਸਾਹਿਬ ਦੇ ਨਾਂ ਕਰਾ ਦਿੰਦੇ ਹੋ ਤੁਸੀਂ ਵੇਚ ਨਹੀਂ ਸਕਦੇ ਜਿਹੜੀ ਗੁਰੂ ਸਾਹਿਬ ਦੇ ਨਾਮ ਬੋਲਣ ਲੱਗ ਗਈ ਲਵਾ ਨਹੀਂ ਸਕਦੇ ਤੁਸੀਂ ਦੁਆਰਾ ਉਹਨਾਂ ਨੂੰ ਲਵਾ ਕੇ ਤੁਸੀਂ ਮੇਰੇ ਨਾਲ ਲਵਾ ਦਿਓ ਇਹ ਨਹੀਂ ਹੁੰਦਾ ਸੋ ਇਸ ਕਰਕੇ ਗੁਰੂ ਗ੍ਰੰਥ ਸਾਹਿਬ ਦੇ ਨਾਂ ਹੋਵੇ ਤੇ ਗੁਰੂ ਗ੍ਰੰਥ ਸਾਹਿਬ ਦੀ ਵਿਚਾਰਧਾਰਾ ਮੁਤਾਬਕ ਪ੍ਰਚਾਰ ਹੋਵੇ ਇਦਾਂ ਦੇ ਹੋਰ ਵੀ ਹੋਣੇ ਚਾਹੀਦੇ ਨੇ ਇਹ ਕੋਈ ਮਾੜੀ ਗੱਲ ਨਹੀਂ ਪਰ ਜਦੋਂ ਮੈਂ ਇਦਾਂ ਦਾ ਸਥਾਨ ਬਣਾ ਕੇ ਸਿਰਫ ਆਪਣੇ ਨਾਲ ਪਬਲਿਕ ਨੂੰ ਜੋੜਾਂਗਾ ਫਿਰ ਮੇਰੇ ਵਾਸਤੇ ਗੱਲ ਨਹੀਂ ਮੈਂ ਕਹਿ ਰਿਹਾਗਾ ਕਿ ਜਿਹੜੀਆਂ ਲੜਾਈਆਂ ਹੋ ਰਹੀਆਂ ਨੇ ਪਹਿਲੀ ਲੜਾਈ ਨਹੀਂ ਜਿਹੜੀ ਤੁਹਾਡੇ ਤੇ ਅਟੈਕ ਹੋਇਆ ਬਹੁਤ ਸਾਰੇ ਤੁਹਾਨੂੰ ਪਤਾ ਹੋਰ ਵੀ ਪਿੱਛੇ ਅਜਨਾਲਾ ਤੇ ਵੀ ਅਟੈਕ ਹੋਇਆ ਸੀਗਾ ਬਹੁਤ ਸਾਰੇ ਮਸਲਿਆਂ ਦੇ ਅੰਦਰ ਅਸੀਂ ਦੇਖਦੇ ਹਾਂ ਟਕਸਾਲ ਲਾਂਚ ਵੀ ਵੱਖ-ਵੱਖ ਕਲੈਸ਼ ਹੁੰਦੇ ਰਹੇ ਨੇ ਸਿੱਖ ਪੰਥ ਚ ਅਕਾਲ ਤਖਤ ਸਾਹਿਬ ਦੇ ਉੱਤੇ ਕਲੈਸ਼ ਹੋ ਗਿਆ ਸੀਗਾ ਕਿ ਅਗਰ ਇਹ ਚੀਜ਼ਾਂ ਨਾ ਹੋਣ ਕਿ ਵਿਅਕਤੀ ਮਾਈਨਸ ਹੋ ਜਾਣ ਵਿਚਾਰ ਵੱਡਾ ਹੋ ਜੇ ਸਿੱਖਤ ਧਰਮ ਦੇ ਲੋਕ ਵਿਚਾਰ ਨਾ ਜੋ ਗੁਰੂ ਸਾਹਿਬ ਜੀ ਨੇ ਸ਼ਖਸੀ ਪੂਜ ਸ਼ਖਸੀਅਤ ਤੋਂ ਉੱਪਰ ਲੈ ਗਏ ਜਦੋਂ ਮਹਾਰਜ ਨੇ ਅੰਮ੍ਰਿਤ ਛਕਾਇਆ ਅੰਮ੍ਰਿਤ ਛਕਾਇਆ ਗੁਰੂ ਸਾਹਿਬ ਨੇ ਤੇ ਅੰਮ੍ਰਿਤ ਛਕਾ ਕੇ ਪੰਜਾਂ ਪਿਆਰਿਆਂ ਤੋਂ ਆਪ ਅੰਮ੍ਰਿਤ ਛਕਾਇਆ ਨਾ ਪਹਿਲਾਂ ਤਾਂ ਉਹਨਾਂ ਨੂੰ ਛਕਾਇਆ ਫਿਰ ਉਹਨਾਂ ਦੇ ਅੱਗੇ ਇਦਾਂ ਬੈਠ ਗਿਆ ਹੱਥ ਜੋੜ ਕੇ ਹੁਣ ਮੈਨੂੰ ਵੀ ਛਕਾਓ ਉਸ ਵੇਲੇ ਉਹ ਆਪਣੇ ਪੰਥ ਖਾਲਸੇ ਨੂੰ ਆਪਣੀ ਸ਼ਖਸੀਅਤ ਤੋਂ ਉੱਪਰ ਲੈ ਗਏ ਹਾਂ ਬਾਬਾ ਗੁਰੂ ਗੋਬਿੰਦ ਸਿੰਘ ਆਪੇ ਗੁਰ ਚੇਲਾ ਚੇਲੇ ਬਣਨ ਤੋਂ ਬਾਅਦ ਉਹਨਾਂ ਨੇ ਕਹਿ ਦਿੱਤਾ ਕਿ ਮੈਂ ਆਪਣੀ ਸ਼ਕਸ਼ੀਅਤ ਵੀ ਅੱਜ ਖਤਮ ਕਰਤੀ ਤੁਹਾਡੇ ਸਾਹਮਣੇ ਪੰਥ ਵੱਡਾ ਹੈ ਗ੍ਰੰਥ ਮੁਤਾਬਕ ਪੰਥ ਚੱਲੇ ਗ੍ਰੰਥ ਵੱਡਾ ਹੈ ਗ੍ਰੰਥ ਮੁਤਾਬਕ ਪੰਥ ਚੱਲੇ ਮੈਂ ਤੁਹਾਡਾ ਵੀ ਚੇਲਾ ਮੈਂ ਸ਼ਕਸ਼ੀਅਤ ਖਤਮ ਕਰਤੀ ਜਿਹੜੀ ਸ਼ਕਸ਼ੀ ਪੂਜਾ ਸਾਡੇ ਵਿੱਚ ਹੈ ਇਹ ਖਤਰਨਾਕ ਹੈ ਸ਼ਕਸ਼ੀਅਤ ਨੂੰ ਗ੍ਰੰਥ ਤੋਂ ਵੱਡਾ ਮੰਨਿਆ ਜਾਂਦਾ ਵਿਚਾਰਾਂ ਤੋਂ ਵੱਡਾ ਮੰਨਿਆ ਜਾਂਦਾ ਇਹੀ ਗੱਲ ਮੈਂ ਤੁਹਾਨੂੰ ਪਹਿਲਾਂ ਹੀ ਦੱਸ ਕੇ ਹਟਿਆ ਪਰ ਇਹੀ ਮੈਂ ਕਹਿ ਰਿਹਾਗਾ ਕਿ ਬਿਲਕੁਲ ਤੁਸੀਂ ਸਹੀ ਗੱਲ ਕਹਿ ਰਹੇ ਹੋਗੇ ਤੁਹਾਡੀ ਇੱਛਾ ਵੀ ਹੈ ਕਿ ਐ ਹੋਵੇ ਪਰ ਜਿਹੜੇ ਲੋਕ ਜੁੜਦੇ ਨੇ ਜੋ ਤੁਹਾਡੇ ਨਾਲ ਜੁੜਦੇ ਨੇ ਉਹ ਤਾਂ ਇੱਕ ਸ਼ਖਸ ਦੇ ਤੌਰ ਦੇ ਉੱਤੇ ਤੁਹਾਡੀ ਪੂਜਾ ਕਰਨੀ ਸ਼ੁਰੂ ਕਰ ਦਿੰਦੇ ਨੇ ਨਹੀਂ ਪੂਜਾ ਤੁਹਾਡੀ ਤੁਸੀਂ ਨਹੀਂ ਕਹਿੰਦੇ ਉਹਨਾਂ ਨੂੰ ਪਰ ਲੋਕ ਫਿਰ ਵੀ ਕਰਦੇ ਨੇ ਦੇਖੋ ਇਹ ਕ੍ਰਾਈਸਿਸ ਤਾਂ ਹੈਗਾ ਹਾਂ ਇਹ ਤਾਂ ਗੱਲ ਦੇਖੋ ਜਰੀਆ ਤਾਂ ਕੋਈ ਬਣਦਾ ਹੈ ਪਰ ਉਸ ਤੋਂ ਬਾਅਦ ਸਾਡੇ ਤੇ ਡਿਪੈਂਡ ਕਰਦਾ ਕਿ ਅਸੀਂ ਉਹਨਾਂ ਨੂੰ ਟ੍ਰੀਟ ਕਿਦਾਂ ਕਰਦੇ ਹਾਂ ਸਾਡੇ ਤੇ ਡਿਪੈਂਡ ਕਰਦਾ ਹੈ ਕਿ ਜੇ ਹੁਣ ਮੈਂ ਉਹਨੂੰ ਆਪਣੇ ਫੋਟੋ ਵਾਲਾ ਲੋਕਟ ਪਵਾ ਦਿਆਂਗਾ ਵੀ ਤੂੰ ਪਾ ਲੈ ਮੇਰੇ ਦੁਵਾਨ ਚ ਮੇਰੀਆਂ ਫੋਟੋਆਂ ਬਾਹਰ ਵੇਕ ਰੀਆਂ ਨੇ ਵੀ ਤੁਸੀਂ ਕਮਰਿਆਂ ਚ ਲਾਓ ਘਰਾਂ ਚ ਲਿਜਾਓ ਫਿਰ ਇਹਨਾਂ ਨੂੰ ਤੂਫਾਨ ਲਾਇਓ ਫਿਰ ਇਹ ਮੇਰੇ ਤੇ ਵੀ ਤਾਂ ਡਿਪੈਂਡ ਕਰਦਾ ਹੈ ਨਾ ਮੈਂ ਉਸ ਵੇਲੇ ਦੱਸਦਾ ਕੀ ਆ ਮੈਂ 3 ਘੰਟੇ ਬੋਲਦਾ ਮੈਂ ਤਾਂ ਕਹਿੰਦਾ ਸੁਣੋ ਵਰਲਡ ਵਾਈਡ ਤੁਹਾਡਾ ਮੈਸੇਜ ਆ ਰਿਹਾ ਤੇ ਜਿਹੜੇ ਵੀ ਤਤਗੁਰ ਮਤ ਨੂੰ ਸਮਝਣ ਵਾਲੇ ਨੇ ਮੈਨੂੰ ਸੁਣਨ ਦੋ 3 ਘੰਟੇ ਮੈਂ ਬੋਲਦਾ 3 ਘੰਟੇ ਸੁਣਨ ਤੇ ਮੈਨੂੰ ਮੈਸੇਜ ਦਿਓ ਤੁਸੀਂ ਦਿਓ ਤੁਹਾਡੇ মিডিਏ ਥਰੂ ਦੱਸਣ ਮੈਨੂੰ ਵੀ ਆਹ ਗੱਲ ਜਿਹੜੀ ਤੁਸੀਂ ਸ਼ਕਸ਼ੀ ਪੂਜਾ ਲਈ ਕੀਤੀ ਹੈ ਤੁਸੀਂ ਆਪਣੀ ਪੂਜਾ ਲਈ ਕੀਤੀ ਹੈ ਤੁਸੀਂ ਆਪਣੇ ਆਪਣੀ ਸ਼ਖਸੀਅਤ ਨੂੰ ਉੱਚਾ ਕੀਤਾ ਤੇ ਗੁਰੂ ਗ੍ਰੰਥ ਸਾਹਿਬ ਦੀ ਵਿਚਾਰਧਾਰਾ ਨੂੰ ਤੁਸੀਂ ਨੀਵਾ ਕੀਤਾ ਮੈਂ ਉਹਦਾ ਜਵਾਬ ਦੇ ਆ ਜਵਾਬ ਦੇ ਆ ਕਿਉਂਕਿ ਮੈਨੂੰ ਸਮਝ ਜਦੋਂ ਤੱਕ ਜਦੋਂ ਤੱਕ ਮੈਂ ਸਮਝਦਾ ਉਹ ਪੁਰਾਣੀ ਗੱਲ ਮੈਂ ਕਰ ਰਿਹਾ ਕੋਈ ਮੈਂ ਖੁਦ ਕੀਤੀ ਹੋਈ ਹੋਵੇਗੀ ਮੈਂ ਮੰਨਦਾ ਵੀ ਹਾਂ ਕਈ ਕਈ ਜਗ੍ਹਾ ਮੇਰ ਤੋਂ ਗਲਤੀ ਹੋਈ ਹੈ ਮੈਨੂੰ ਖੁਦ ਨੂੰ ਇੰਨਾ ਪਤਾ ਨਹੀਂ ਸੀ ਵੀ ਆ ਗੱਲ ਸਹੀ ਹੈ ਜਾਂ ਗਲਤ ਹੈ ਪਰ ਹੁਣ ਮੈਂ ਜਦੋਂ ਚੰਗੀ ਤਰ੍ਹਾਂ ਸਮਝਦਾ ਹਾਂ ਉਸ ਚੀਜ਼ ਨੂੰ ਤਾਂ ਮੈਂ ਕਹਿੰਦਾ ਵੀ ਜੇ ਕੋਈ ਗਲਤੀ ਹੋਏਗੀ ਤਾਂ ਮੈਨੂੰ ਦੱਸਣ ਮੈਂ ਉਹਦਾ ਸੁਧਾਰ ਕਰੂੰਗਾ ਪਰ ਗੁਰਮਤਿ ਅਨੁਸਾਰ ਗੁਰਬਾਣੀ ਮੁਤਾਬਕ ਮੈਨੂੰ ਦੱਸਣ ਵੀ ਇੱਥੇ ਮੈਂ ਸ਼ਕਸ਼ੀ ਪੂਜਾ ਨੂੰ ਉਬਾਰਿਆ ਤੇ ਗੁਰੂ ਸਾਹਿਬ ਦੀ ਬਾਣੀ ਨੂੰ ਮੈਂ ਥੱਲੇ ਕੀਤਾ ਉਦੋਂ ਮੈਂ ਜਵਾਬ ਦੇ ਆ ਪਰ ਬਹੁਤੇ ਵਿਅਕਤੀ ਨੇ ਜਿਹੜੇ ਜਦੋਂ ਇਸ ਮਸਲੇ ਦੇ ਅੰਦਰ ਅਸੀਂ ਦੇਖਦੇ ਹਾਂ ਪੰਜਾਬ ਦੇ ਅੰਦਰ ਬਹੁਤੇ ਲੋਕ ਆਪਣੇ ਨਾਲ ਹੀ ਜੋੜਦੇ ਨੇ ਸਾਡਾ ਵੀ ਐਕਸਪੀਰੀਅੰਸ ਅਸੀਂ ਸਮਾਜ ਦੇ ਅੰਦਰ ਦੇਖਦੇ ਹਾਂਗੇ ਉਹ ਤੁਸੀਂ ਬੋਲਦੇ ਵੀ ਬਹੁਤ ਸਾਰੇ ਲੋਕ ਹੋਰ ਵੀ ਬੋਲਦੇ ਨੇ ਇਸ ਮਸਲੇ ਦੇ ਅੰਦਰ ਮੈਂ ਕਹਿੰਦਾ ਕਿ ਬੇਸਿਕ ਸਵਾਲ ਹੀ ਨਹੀਂ ਹੈਗਾ ਕਿ ਜੇ ਇਹ ਸਾਰੇ ਕਲਚਰ ਚੋਂ ਅਸੀਂ ਬਾਹਰ ਹੀ ਆ ਜਾਈਏ ਗੁਰੂ ਗ੍ਰੰਥ ਸਾਹਿਬ ਸਾਡੀ ਊਰਜਾ ਹੋਵੇ ਗੁਰੂ ਗ੍ਰੰਥ ਸਾਹਿਬ ਸਾਡੀ ਉਹ ਤਾਦਿਆ ਦੇ ਅੰਦਰ ਬੈਠ ਕੇ ਤਾਬਿਆ ਦੇ ਅੰਦਰ ਬੈਠ ਕੇ ਗੁਰੂ ਗ੍ਰੰਥ ਸਾਹਿਬ ਦੀ ਦੇ ਅੰਦਰ ਹੀ ਸਿੱਧਾ ਅਸਲ ਵਿੱਚ ਗੁਰੂ ਨਾਨਕ ਸਾਹਿਬ ਕਹਿੰਦੇ ਸ਼ਬਦ ਗੁਰੂ ਸੁਰਤ ਤੋਂ ਨਚੇਲਾ ਮਾਰੋ ਤੁਸੀਂ ਗੁਰ ਇਹਨਾਂ ਸ਼ਬਦ ਗੁਰੂ ਹੈ ਗੁਰੂ ਅਰਜਨ ਦੇਵ ਜੀ ਨੂੰ ਪੁੱਛਿਆ ਕਹਿੰਦੇ ਤੁਸੀਂ ਗੁਰੂ ਹੋ ਕਹਿੰਦੇ ਆਹ ਦੇਖੋ ਸ਼ਬਦ ਸਾਹਮਣੇ ਪ੍ਰਕਾਸ਼ ਹੈ ਤੇ ਮੈਂ ਥੋੜਾ ਹਰਮੰਦਰ ਸਾਹਿਬ 'ਚ ਪ੍ਰਕਾਸ਼ ਆਪਣਾ ਕੀਤਾ ਹਰਮੰਦਰ ਸਾਹਿਬ ਦੇ ਵਿੱਚ ਮੈਂ ਗੁਰੂ ਗ੍ਰੰਥ ਸਾਹਿਬ ਨੂੰ ਰੱਖਿਆ ਨਾ ਕਿ ਮੈਂ ਬੈਠਾ ਮਾਰਾ ਰਾਤ ਨੂੰ ਆਰਾਮ ਕਿੱਥੇ ਕਰੋਗੇ ਕਹਿੰਦੇ ਬੈੱਡ ਮੇਰਾ ਚੱਕ ਦਿਓ ਨਵਾਂ ਬੈੱਡ ਲਾਓ ਉਹਦੇ ਤੇ ਗੁਰਬਾਣੀ ਤੇ ਮੈਂ ਥੱਲੇ ਚਾਦਰ ਪੁਛਾ ਦਿਓ ਮੇਰੇ ਜਨਨ ਕਿ ਉਸ ਵੇਲੇ ਉਹ ਆਪਣੇ ਆਪ ਨੂੰ ਗੁਰੂ ਨਹੀਂ ਮੰਨਿਆ ਉਹਨਾਂ ਨੇ ਬਾਣੀ ਨੂੰ ਹੀ ਗੁਰੂ ਮੰਨਦੇ ਸੀ ਬਾਣੀ ਗੁਰੂ ਗੁਰੂ ਹੈ ਬਾਣੀ ਸਤਗੁਰ ਬਚਨ ਬਚਨ ਹੈ ਸਤਗੁਰ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਨੇ ਤਾਂ ਫਿਰ ਕਲੀਅਰ ਹੀ ਕਹਿ ਦਿੱਤਾ ਵੀ ਆ ਗਿਆ ਭਈ ਅਕਾਲ ਕੀ ਤਵੇ ਚਲਾਇਓ ਪੰਥ ਸਭ ਸਿੱਖਨ ਨੂੰ ਹੁਕਮ ਗੁਰੂ ਮੰਨਿਓ ਗ੍ਰੰਥ ਵੀ ਸ਼ਬਦ ਹੀ ਤੁਹਾਡਾ ਗੁਰੂ ਹੈ ਸੋ ਹੁਣ ਅੱਗੇ ਜਿਹੜੇ ਸਾਡੇ ਅੱਗੇ ਜਿਹੜੇ ਤੁਸੀਂ ਕਹਿ ਰਹੇ ਹੋ ਸ਼ਬਦ ਤੇ ਵਿਅਕਤੀ ਭਾਰੂ ਪੈ ਰਿਹਾਗਾ ਬਹੁਤ ਸਾਰੇ ਵਿਅਕਤੀ ਭਾਰੂ ਪੈ ਰਿਹਾ ਬਿਲਕੁਲ ਤੁਹਾਡੀ ਗੱਲ ਸਹੀ ਹੈ ਪਰ ਆਉਣ ਵਾਲੇ ਸਮੇਂ ਦੇ ਵਿੱਚ ਹੌਲੀ ਹੌਲੀ ਮੇਰਾ ਮੰਨਣਾ ਇਹ ਹੈ ਵੀ ਜਿਹੜੇ ਹਮਲੇ ਹੋ ਰਹੇ ਹੈ ਜੇ ਤੁਸੀਂ ਮੇਰਾ ਹੁਣ ਦੇ ਮੇਰੇ ਤੁਸੀਂ ਸੁਣੋ ਪ੍ਰਚਾਰ ਮੇਰਾ ਤੁਸੀਂ 2 ਸਾਲ ਦੇ ਜਾਂ ਪਿਛਲੇ ਮਹੀਨੇ 2 ਮਹੀਨੇ 6 ਮਿੰਟ ਕੈਸਤਾ ਸੁਣੋ ਤਾਂ ਤੁਸੀਂ ਖੁਦ ਸੋਚ ਮੰਨੋਗੇ ਕਿ ਮੈਂ ਰੌਲਾ ਹੀ ਆ ਪਾਣ ਲੱਗ ਗਿਆ ਵੀ ਬਾਣੀ ਗੁਰੂ ਹੈ ਗੁਰੂ ਗ੍ਰੰਥ ਸਾਹਿਬ ਦੀ ਵਿਆਖਿਆ ਕਰਦੇ ਤੁਸੀਂ ਮੈਂ ਸੁਣਿਆ ਤੁਹਾਨੂੰ ਸਮਝਦੇ ਉਸ ਚੀਜ਼ ਨੂੰ ਤੁਸੀਂ ਅੱਗੇ ਲਿਆਓ ਹੁਣ ਜਿਹੜਾ ਬਾਤ ਬੇਬਾਤ ਸਾਡੇ ਨਾਲ ਪਿੱਛੇ ਬਹੁਦੇ ਸਮੇਂ ਤੋਂ ਚੱਲ ਰਿਹਾ ਇਸ ਗੱਲ ਤੇ ਚੱਲ ਰਿਹਾ ਵੀ ਤੁਸੀਂ ਆ ਕੀ ਕਹਿਣ ਲੱਗ ਪਏ ਇਹ ਬਹੁਤ ਖਤਰਨਾਕ ਟੌਪਿਕ ਹੈ ਜਿਹੜਾ ਤੁਸੀਂ ਛੇੜਦੇ ਹੋ ਇਹ ਤੁਸੀਂ ਬਹੁਤ ਵੱਡਾ ਨੁਕਸਾਨ ਕਿਉਂਕਿ ਬਹੁਤ ਬੰਦੇ ਇਸੇ ਗਲਤੀ ਖੜੇ ਆ ਸਾਡੇ ਇੱਕ ਨਹੀਂ ਬਹੁਤ ਵੱਡੇ ਵੱਡੇ ਸਾਡੇ ਡੇਰੇ ਆ ਵੱਡੀਆਂ ਵੱਡੀਆਂ ਸੰਸਥਾਵਾਂ ਨੇ ਜਿਹੜੀਆਂ ਇਸੇ ਚੀਜ਼ ਤੇ ਚੱਲ ਰਹੀਆਂ ਨੇ ਤੇ ਮੈਂ ਕਲੀਅਰ ਉਸ ਚੀਜ਼ ਦੀ ਕਾਟ ਕਰਦਾ ਗੁਰਬਾਣੀ ਇਦਾਂ ਕਹਿੰਦੀ ਐ ਅਸੀਂ ਇਦਾਂ ਕਰਦੇ ਆ ਗੁਰਬਾਣੀ ਇਦਾਂ ਕਹਿੰਦੀ ਐ ਅਸੀਂ ਇਦਾਂ ਕਰਦੇ ਆ ਮੈਂ ਤਾਂ ਹੀ ਕਹ ਰਿਹਾ ਨਾ ਆਪਾਂ ਬਾਹਰ ਦੇ ਡੇਰਾਵਾਦ ਦੇ ਖਿਲਾਫ ਤਾਂ ਬੋਲਦੇ ਆ ਜਿਹੜਾ ਇੰਟਰਨਲ ਡੇਰਾਵਾਦ ਸਾਡੇ ਸਾਡੇ ਵਿੱਚ ਇੰਟਰਨਲ ਡੇਰਾਵਾਦ ਪੈ ਰਿਆ ਸਿੱਖ ਦੇ ਵਿੱਚ ਉਹ ਤੋਂ ਵੱਧ ਖਤਰਨਾਕ ਐ ਉਹ ਤੋਂ ਵੱਧ ਖਤਰਨਾਕ ਐ ਪਰ ਗੁਰੂ ਸਾਹਿਬ ਜੀ ਦੀ ਮੇਰ ਨਾਲ ਆਉਣ ਵਾਲੇ ਸਮੇਂ 'ਚ ਮੈਂ ਤੁਹਾਨੂੰ ਦੱਸਿਆ ਕਿ ਮੈਂ ਕਲੀਅਰ ਕੁਝ ਗੱਲਾਂ ਜਿਹੜੀਆਂ ਨੇ ਕਰੂੰਗਾ ਆ ਮੇਰਾ ਇਹਨਾਂ ਦੇ ਭੋਗ ਤੋਂ ਬਾਅਦ ਮੈਂ ਥੋੜਾ ਟਾਈਮ ਲੈ ਕੇ ਉਹਦੇ ਵਿੱਚ ਟਾਈਮ ਪੀ ਦੇ ਕੇ ਥੋੜਾ ਜਿਹਾ ਫਿਰ ਮੈਂ ਕੁਝ ਗੱਲਾਂ ਜਿਹੜੀਆਂ ਨੇ ਓਪਨ ਸੰਗਤ ਵਿੱਚ ਲਿਆਵਾਂਗਾ ਇਹ ਸੰਗਤ ਹੀ ਸਿਆਣੀ ਬਣੇ ਪਬਲਿਕ ਹੀ ਸਿਆਣੀ ਬਣੇ ਜਿਹਦੇ ਕਰਕੇ ਇਹ ਸਾਰਾ ਕੁਝ ਸਿਸਟਮ ਬੰਦ ਹੋ ਸਕਦਾ ਹੈ ਬੰਦ ਹੋ ਸਕਦਾ ਹੈ ਇਹ ਸਾਰਾ ਕੁਝ ਪਰ ਕੁਝ ਗੱਲਾਂ ਨੂੰ ਸਮਝਣਾ ਪਏਗਾ ਵੀ ਇਹ ਜੜ ਕੀ ਹੈ ਇਹ ਕਿੱਥੋਂ ਸਾਡੇ 'ਚ ਪੈਦਾ ਹੁੰਦਾ ਹੈ ਕਿਉਂ ਹੋਈ ਹੁੰਦਾ ਮੁੜ ਕੇ ਅਸੀਂ ਕਿਸ ਮੁੜ ਕੇ ਫਿਰ ਅਸੀਂ ਆਪ ਹੀ ਉਹਦਾ ਬੀਜੇ ਹੋਏ ਨੂੰ ਸਾਨੂੰ ਆਪ ਹੀ ਵੱਡਣਾ ਪੈਂਦਾ ਸੋ ਗੁਰੂ ਸਾਹਿਬ ਦੀ ਮਿਹਰ ਨਾਲ ਮੈਂ ਤਾਂ ਮੰਨਦਾ ਵੀ ਅਸੀਂ ਸਿੱਖਾਂ ਤੇ ਸਿੱਖ ਬਣ ਕੇ ਰਹੀਏ ਵੀ ਸਿੱਖ ਰਹੀਏ ਸਾਰੀ ਜ਼ਿੰਦਗੀ ਸਿੱਖਦੇ ਰਹੀਏ ਕਿਸੇ ਦੌਰ ਚ ਸਾਡਾ ਧਰਮ ਆ ਜਿਹੜਾ ਉਹ ਸਾਡੀਆਂ ਸਾਰੀਆਂ ਸੰਸਥਾਵਾਂ ਨੂੰ ਚਲਾਉਂਦਾ ਰਿਹਾ ਰਾਜਨੀਤੀ ਨੂੰ ਵੀ ਹੋਰ ਨੂੰ ਵੀ ਅੱਜ ਤੁਹਾਨੂੰ ਕੀ ਲੱਗਦਾਗਾ ਕਿ ਧਰਮ ਨੂੰ ਕੌਣ ਚਲਾ ਰਿਹਾਗਾ ਧਰਮ ਦੇ ਰਾਜਨੀਤੀ ਦੇ ਘੋੜੇ ਨੂੰ ਧਰਮ ਦੀ ਲਗਾਮ ਪਾ ਕੇ ਜੇ ਗੁਰੂ ਸਾਹਿਬ ਨੇ ਸਿਖਾਇਆ ਫਿਰ ਉਹ ਸਹੀ ਸਹੀ ਚੱਲੂਗਾ ਅੱਜ ਕੱਲ ਕੀ ਹੋ ਰਿਹਾ ਹੁਣ ਰਾਜਨੀਤਿਕਾਂ ਧਾਰਮਿਕ ਆਗੂਆਂ ਨੇ ਆਪਣੀਆਂ ਲਗਾਮਾਂ ਰਾਜਨੀਤਿਕਾਂ ਨੂੰ ਬਣਾਈਆਂ ਹੋਈਆਂ ਜਿੱਧਰ ਚਲਾਨਦੇ ਨੇ ਉਧਰ ਜਾਂਦੇ ਨੇ ਇਹ ਉਲਟ ਹੋ ਗਿਆ ਕੰਮ ਗੁਰੂ ਸਾਹਿਬ ਨੇ ਬਣਾਇਆ ਸੀ ਰਾਜਨੀਤੀ ਪਰ ਧਰਮ ਸਿਰ ਦਾ ਤਾਜ ਰਾਜਨੀਤੀ ਪੈਰ ਦੀ ਜੁੱਤੀ ਰਾਜਨੀਤੀ ਬਿਣਾ ਵੀ ਨਹੀਂ ਸਰਦਾ ਕਿਉਂਕਿ ਕੰਡਿਆਂ ਤੋਂ ਬਚਾਉਂਦੀ ਏ ਜੁੱਤੀ ਤੇ ਧਰਮ ਦਾ ਸਿਰ ਦਾ ਤਾਜ ਹੈ ਜੀ ਸੋ ਇਸੇ ਕਰਕੇ ਹਰਮੰਦਰ ਸਾਹਿਬ ਤੁਸੀਂ ਜਾਓਗੇ ਜਿੱਥੇ ਗੁਰੂ ਸਾਹਿਬ ਦਾ ਪ੍ਰਕਾਸ਼ ਹੈ ਉੱਥੇ ਬੈਠ ਕੇ ਦੇਖੋ ਤਾਂ ਅਕਾਲ ਤਖਤ ਨਹੀਂ ਦਿਸਦਾ ਮੇਰੀ ਪੀਰੀ ਦਾ ਸਦਾ ਅਕਾਲ ਤਖਤ ਨਹੀਂ ਦਿਸਦਾ ਅਕਾਲ ਤਖਤ ਤੇ ਖੜ ਕੇ ਦੇਖੋ ਤੁਹਾਨੂੰ ਦਰਬਾਰ ਸਾਹਿਬ ਦਿਸਦਾ ਉਹਦਾ ਇੱਕ ਸਿਸਟਮ ਹੈ ਬਣਾਈ ਬਿਲਡਿੰਗ ਹੀ ਇਦਾਂ ਬਣੀ ਹੈ ਕਾਰਨ ਇਹ ਸੀ ਗੁਰੂ ਸਾਹਿਬ ਨੇ ਬਣਾਇਆ ਵੀ ਜਦੋਂ ਤੂੰ ਤਖਤ ਤੇ ਹੋਵੇਂ ਤਾਂ ਤੈਨੂੰ ਤੇਰਾ ਗੁਰੂ ਯਾਦ ਰਵੇ ਭੁੱਲੀ ਨਾ ਮਨਮਰਜ਼ੀਆਂ ਨਾ ਕਰਨ ਲੱਗ ਜੀ ਕਿਤੇ ਹੰਕਾਰ ਹੀ ਹੋ ਜਾਏ ਜਿਸ ਕੇ ਅੰਤਰ ਰਾਜ ਅਭਿਮਾਨ ਸੋ ਨਰਕ ਪਾਤੀ ਹੋਵਤ ਸਵਾਨ ਕਹਿੰਦੇ ਜੇ ਰਾਜ ਦਾ ਮਾਨ ਕਰਕੇ ਲੋਕਾਂ ਨੂੰ ਤੰਗ ਲੱਗ ਜੇਗਾ ਨਾ ਕਰਨ ਵੀ ਮੇਰੀ ਪਾਵਰ ਹੈ ਮੇਰੇ ਕੋਲ ਜਿੰਨੂੰ ਮਰਜ਼ੀ ਤੰਗ ਕਰੇਗਾ ਤਾਂ ਫਿਰ ਤੂੰ ਨਰਕ ਦਾ ਕੁੱਤਾ ਹੈ ਤੂੰ ਰਾਜਾ ਰੂਜਾ ਕੋਈ ਨਹੀਂ ਮੈਂ ਤੈਨੂੰ ਰਾਜਾ ਮੰਨਦਾ ਹੀ ਨਹੀਂ ਇਹ ਕਿਹੜੇ ਲੋਕ ਨੇ ਜਿਨ੍ਹਾਂ ਦੀ ਤੁਸੀਂ ਕਹਿਨੋ ਜਿਨ੍ਹਾਂ ਨੇ ਆਪਣੀਆਂ ਲਗਾਮਾਂ ਰਾਜਨੀਤੀ ਬਾਣਾ ਦੇ ਉਹ ਤੁਸੀਂ ਸਾਰਾ ਕੁਝ ਸਮਝ ਹੀ ਨਹੀਂ ਰਹਾ ਮੇਰੇ ਕਹਿਣ ਤੋਂ ਦਸਬਦਨ ਤੁਹਾਨੂੰ ਸਾਰਿਆਂ ਨੂੰ ਸਾਰਾ ਕੁਝ ਹੀ ਪਤਾ ਹੈ ਤਾਂ ਹੁਣ ਪਤਾ ਹੀ ਹੈ ਤੁਹਾਨੂੰ ਵੀ ਅੱਜ ਜੋ ਸਾਡੇ ਵਿੱਚ ਹੋ ਰਿਹਾ ਸਿਆਸੀਕਰਨ ਧਰਮ ਦਾ ਸਿਆਸੀਕਰਨ ਹੋ ਚੁੱਕਿਆ ਹੈ ਧਰਮ ਦੀ ਆੜ ਵਿੱਚ ਗਲਤ ਫੈਸਲੇ ਅਕਾਲ ਤਖਤਾਂ ਤੋਂ ਹੋ ਰਹੇ ਆ ਉਹ ਸਾਡੀ ਸਾਰੀ ਦੁਨੀਆ ਦੇ ਸਾਹਮਣੇ ਹੁਣ ਕਹਿਣ ਦੀ ਤਾਂ ਗੱਲ ਹੀ ਨਹੀਂ ਕੋਈ ਉਹ ਤਾਂ ਸਾਡੇ ਸਾਹਮਣੇ ਹੀ ਸਾਰਾ ਕੁਝ ਹੋ ਰਿਹਾ ਸੋ ਧਰਮ ਰਾਜਨੀਤ ਤਖਤ ਤੇ ਬੈਠਿਆ ਸਾਨੂੰ ਗੁਰੂ ਦੀ ਸੇਨਾ ਚਾਹੀਦਾ ਤੇ ਜਦੋਂ ਅਸੀਂ ਗੁਰੂ ਕੋਲ ਹੋਈਏ ਫਿਰ ਸਾਨੂੰ ਸਿਰਫ ਗੁਰੂ ਹੀ ਦੇਖਣਾ ਚਾਹੀਦਾ ਫਿਰ ਕੁਰਸੀ ਵੱਲ ਨਾ ਨਿਗਾ ਮਾਰੋ ਉੱਥੇ ਸਿਰਫ ਭਗਤੀ ਹੈ ਉੱਥੇ ਬਹਿ ਕੇ ਤੁਸੀਂ ਗੁਰੂ ਹੀ ਗੁਰੂ ਵੇਖੋ ਫਿਰ ਕੁਰਸੀ ਵੱਲ ਝਾਕ ਨਾ ਰੱਖਿਓ ਵੀ ਹੁਣ ਮੈਂ ਕੁਰਸੀ ਤੇ ਜਾਵਾਂ ਪਰ ਜੇ ਕੁਰਸੀ ਤੇ ਹੋਵੋ ਫਿਰ ਗੁਰੂ ਵੱਲ ਤਿਆਰ ਰੱਖਿਓ ਗੁਰੂ ਸਾਹਿਬ ਨੇ ਸਾਨੂੰ ਸਿਧਾਂਤ ਦੇਣ ਕਰਾਇਆ ਮੇਰੀ ਤੇ ਪੀਰੀ ਦਾ ਦੋ ਨਿਸ਼ਾਨ ਸਾਹਿਬ ਨੇ ਪਰ ਜਿਹੜਾ ਪੀਰੀ ਵਾਲਾ ਉੱਚਾ ਹੈ ਮੀਰੀ ਵਾਲਾ ਥੋੜਾ ਜਿਹਾ ਛੋਟਾ ਤੁਹਾਨੂੰ ਲੱਗਦਾ ਕਿ ਜੇ ਉਹੀ ਦੌਰ ਆ ਜੀ ਜਿਹਨੂੰ ਅਸੀਂ ਕਹੀਏ ਕਿ ਬਹੁਤ ਬਿਹਤਰ ਦੌਰ ਆ ਗਿਆ ਜਿਹਦੇ ਵਿੱਚ ਸਾਰਾ ਪੰਥ ਇੱਕ ਝੰਡੇ ਥਲੇ ਇਕੱਠਾ ਖੜਾਗਾ ਤਾਂ ਜਿਹੜਾ ਇੰਟਰਨਲ ਡੇਰਾਬਾਦ ਆ ਇਹ ਜੀ ਤਾਂ ਚਾਹੇ ਤੁਸੀਂ ਕਹਿੰਦੇ ਹੋ ਕਿ ਸਾਡਾ ਇਸ ਤਰ੍ਹਾਂ ਦਾ ਕਲਚਰ ਨਹੀਂ ਹੈਗਾ ਪਰ ਤੁਹਾਨੂੰ ਲੱਗਦਾ ਤੁਸੀਂ ਵੀ ਛੱਡ ਕੇ ਤੁਸੀਂ ਕਹੋਗੇ ਮੈਂ ਝੰਡੇ ਥਲੇ ਮੈਂ ਮੈਂ ਤੁਸੀਂ ਮੇਰੀ ਗੱਲ ਵਿੱਚ ਮੈਂ ਤੁਹਾਨੂੰ ਕਹਿ ਰਿਹਾ ਕਿ ਮੈਨੂੰ ਵਿੱਚ ਥੋੜਾ ਜਿਹਾ ਟਾਈਮ ਚਾਹੀਦਾ ਉਹ ਮੈਂ ਰਿਕਾਰਡਿੰਗ ਕਰਾਉਂਗਾ ਨਾ ਉਹ ਦਿਨ ਮੈਂ ਦੱਸੂਗਾ ਮੇਰੀ ਅੱਜ ਗੱਲ ਯਾਦ ਰੱਖ ਲਿਓ ਜੀ ਤੁਸੀਂ ਜਿਹਦੇ ਦਿਨ ਮੈਂ ਬੋਲੂਗਾ ਮੈਂ ਲੋ ਮਹੀਨੇ ਤੱਕ ਬੋਲਾਂਗਾ ਜਾਂ 2 ਮਹੀਨੇ ਤੱਕ ਬੋਲਾਂਗਾ ਉਸ ਦਿਨ ਮੈਂ ਕਲੀਅਰ ਕਰ ਦੂੰਗਾ ਵੀ ਮੈਂ ਇਹਦੇ ਵਾਸਤੇ ਕੀ ਸੋਚਿਆ ਮੈਂ ਅੱਜ ਨਹੀਂ ਦੱਸ ਸਕਦਾ ਤੁਹਾਨੂੰ ਲੱਗਦਾ ਇਸ ਘਟਨਾ ਜਿਹੜੀ ਤੁਹਾਡੇ ਨਾਲ ਵਾਪਰੀ ਹੈਗੀ ਬੜੀ ਖਤਰਨਾਕ ਘਟਨਾ ਸੀ ਬੜੀ ਦਰਦਨਾਕ ਵੀ ਸੀ ਇਹਦਾ ਸੱਚ ਸਾਹਮਣੇ ਆਊਗਾ ਤੁਹਾਨੂੰ ਕੀ ਲੱਗਦਾ ਮੈਨੂੰ ਲੱਗਦਾ ਜੀ ਜ਼ਰੂਰ ਆਏਗਾ ਮੈਨੂੰ ਲੱਗਦਾ ਹੈ ਕਿ ਆਏਗਾ ਕਿਉਂਕਿ ਜਿੱਥੋਂ ਤੱਕ 40 ਬੰਦਿਆਂ ਨੂੰ ਇਕੱਠੇ ਕਰਨਾ 4 ਬੰਦੇ ਤਾਂ ਨਹੀਂ ਲੱਭ ਸਕਦੇ ਪਰ 40 ਨੇ ਨਾ ਜੀ ਕਾਲੀਆਂ ਦੀ ਇੱਕ ਮਤ ਨਹੀਂ ਹੋ ਸਕਦੀ ਔਰ ਸਾਹਮਣੇ 4 ਕਿਲੋਮੀਟਰ ਤੱਕ ਇੰਨੇ ਕੈਮਰੇ ਲੱਗੇ ਹੋਏ ਆ ਤੇ ਜੇ ਹੁਣ ਨਹੀਂ ਲੱਭਣਗੇ ਫਿਰ ਇਹ ਸਾਰੇ ਸ਼ੱਕ ਦੇ ਘੇਰੇ ਵਿੱਚ ਆ ਕਿ ਸਭ ਕੁਝ ਮਿਲੀ ਭੁਗਤ ਨਾਲ ਹੋ ਰਿਹਾ ਫਿਰ ਇਹਨਾਂ ਨੂੰ ਜਵਾਬ ਦੇਣਾ ਪੈਣਾ ਕੌਮ ਨੂੰ ਜਵਾਬ ਦੇਣ ਵੀ ਗੁਰੂਗ੍ਰੰਥ ਸਾਹਿਬ ਤੇ ਦੋਸ਼ੀ ਨਹੀਂ ਲੱਭੇ ਅੱਜ ਤੁਸੀਂ ਸਾਡੇ ਦੋਸ਼ੀ ਨਹੀਂ ਲੱਭੇ ਵੀ ਇਹ ਜਿਹੜਾ ਸਾਰਾ ਕੁਝ ਚੱਲ ਰਿਹਾ ਵੀ ਚੱਲ ਕੀ ਰਿਹਾ ਫਿਰ ਤਾਂ ਗੁੰਡਾ ਰਾਜ ਹੋ ਗਿਆ ਇਹਦਾ ਜਵਾਬ ਦੇਣਗੇ ਜੀ ਨਹੀਂ ਹੁੰਦਾ ਤਾਂ ਫਿਰ ਅਗਲਾ ਸਟੈਪ ਬਿਲਕੁਲ ਫਿਰ ਤਾਂ ਅਸੀਂ ਅਸੀਂ ਚੁੱਪ ਕਰਨ ਵਾਲੇ ਤਾਂ ਹੈ ਨਹੀਂ ਚੁੱਪ ਜੇ ਮੈਂ ਬਚ ਗਿਆ ਨਾ ਹੁਣ ਮੈਨੂੰ ਲੱਗਦਾ ਗੁਰੂ ਸਾਹਿਬ ਨੇ ਮੈਨੂੰ ਬੋਲਣ ਲਈ ਬਚਾਇਆ ਜੇ ਮੈਂ ਮਰ ਜਾਂਦਾ ਤਾਂ ਮੇਰੀ ਆਵਾਜ਼ ਬੰਦ ਹੋ ਜਾਣੀ ਸੀ ਪਰ ਮੇਰਾ ਗਲਾ ਚੱਲ ਰਿਹਾ ਤਾਂ ਫਿਰ ਤਾਂ ਮੈਂ ਬੋਲੂਗਾ ਫਿਰ ਚੁੱਪ ਨਹੀਂ ਕਰਦਾ ਫਿਰ ਨਹੀਂ ਚੁੱਪ ਕਰਦਾ ਫਿਰ ਤਾਂ ਸੱਚ ਕਹਾਂਗਾ ਜੋ ਹੋਇਆ ਜੇ ਅੱਜ ਜੀ ਸਾਡੇ ਨਾਲ ਤੰਗ ਧੱਕਾ ਕਰਨਗੇ ਨਹੀਂ ਸਾਡੇ ਸਾਹਮਣੇ ਭਪਿੰਦਰ ਸਿੰਘ ਦੇ ਦੋਸ਼ੀ ਸਾਡੇ ਸਾਹਮਣੇ ਨਹੀਂ ਲੈ ਕੇ ਆਉਂਦੇ ਉਹਨਾਂ ਨੂੰ ਇਹਨਾਂ ਨੇ ਮੁਰਗੀ ਦੇ ਅੰਡੇ ਵਾਂਗੂ ਲਕੋ ਲੈਣਾ ਤੇ ਫਿਰ ਅਸੀਂ ਫਿਰ ਅਸੀਂ ਬੋਲਾਂ ਤੁਹਾਨੂੰ ਲੱਗਦਾ ਲਕੋਣਗੇ ਜਾਂ ਕਰ ਸਕਦੇ ਨੇ ਵੀ ਮੈਨੂੰ ਲੱਗਦਾ ਰਿਹਾ ਕਿ ਸੰਗਤ ਦੇ ਸਾਹਮਣੇ ਜੋ ਸਾਡੇ ਸਾਡੇ ਵੀ ਨਾਲ ਪਿਆਰ ਵਾਲੀ ਸੰਗਤ ਬਹੁਤ ਹੈ वर्ल्ड वाइड ਦੁਨੀਆ ਸਾਡੇ ਨਾਲ ਹੈਗੀ ਹੈ ਤਾਂ ਮੈਨੂੰ ਲੱਗਦਾ ਹੈ ਕਿ ਇਹਨਾਂ ਨੂੰ ਲੱਗਦਾ ਹੈ ਕਿ ਕਰਨਾ ਚਾਹੀਦਾ ਜਿੱਥੋਂ ਤੱਕ ਲੱਗਦਾ ਜਿੰਨੂੰ ਸੁਣ ਰਿਆਂ ਜੋ ਹੁਣ ਮੈਂ ਵੀ ਇਨਵੈਸਟੀਗੇਸ਼ਨ ਚੱਲ ਪਈ ਹੁਣ ਆ ਬੰਦਾ ਆ ਗਿਆ ਹੁਣ ਆ ਆ ਗਿਆ ਟ੍ਰੇਸ ਕਰ ਲੇ ਉਹਨਾਂ ਦੇ ਇਸ਼ਾਰੇ ਬੜੇ ਵਧੀਆ ਆ ਰਹੇ ਨੇ ਵੀ ਹਾਂ ਆ ਸ਼ੱਕ ਹੋਣੇ ਜਾ ਰਿਹਾ ਹੈ ਹੋਣੇ ਜਾ ਰਿਹਾ ਜਾਨਕਿ ਜੋ ਅਸੀਂ ਸੋਚਦੇ ਆ ਉਧਰ ਉਧਰ ਹੀ ਜਾ ਰਹੇ ਲੋ ਇਸ ਕਰਕੇ ਮੈਨੂੰ ਉਮੀਦ ਹੈ ਕਿ ਹੋ ਸਕਦਾ ਬਾਕੀ 2-3 ਦਿਨਾਂ ਚ ਪਤਾ ਲੱਗ ਜਾਏਗਾ ਸਾਰਾ ਫਿਰ ਤੁਹਾਨੂੰ ਇਹ ਤਾਂ ਨਹੀਂ ਲੱਗਦਾ ਕਿ ਚੂਣਾ ਦਾ ਦੌਰ ਆ ਕਿ ਚੂਣਾ ਚ ਕੋਈ ਸਿਆਸੀ ਸਟੰਟ ਹੋ ਗਿਆ ਇਸ ਤਰ੍ਹਾਂ ਦਾ ਕਿਉਂਕਿ ਚੂਣਾ ਬਹੁਤ ਨੇੜੇ ਨਹੀਂ ਕੁਝ ਲੋਕ ਇਹਨੂੰ ਚੂਣਾ ਨਾਲ ਜੋੜ ਕੇ ਦੇਖ ਰਹੇ ਨੇ ਨਹੀਂ ਇਹ ਤਾਂ ਹੁਣ ਪਤਾ ਨਹੀਂ ਜੀ ਮੈਂ ਹੁਣ ਸਾਹਮਣੇ ਆਏਗੀ ਪ੍ਰੋਪਰ ਗੱਲ ਫੇਰ ਹੀ ਕੁਝ ਕਹਿ ਸਕਦਾ ਵੀ ਚੂਣਾ ਵਾਲਾ ਹੈ ਜਾਂ ਸਾਡਾ ਕੋਈ ਆਪਣਾ ਹੈਗਾ ਪਤਾ ਨਹੀਂ ਮੈਂ ਇਸ ਬਾਰੇ ਹਜੇ ਨਹੀਂ ਕੁਝ ਕਹਿ ਸਕਦਾ ਤੁਸੀਂ ਅਜੇ ਤੱਕ ਕਿਸੇ ਸਿਆਸੀ ਪਾਰਟੀ ਨੂੰ ਕਦੇ ਸਪੋਰਟ ਨਹੀਂ ਦਿੱਤੀ ਬਿਲਕੁਲ ਨਹੀਂ ਬਿਲਕੁਲ ਨਹੀਂ ਸਾਰੇ ਆਉਂਦੇ ਆ ਹਰ ਇੱਕ ਦਾ ਸਤਿਕਾਰ ਕਰੀਦਾ ਜੇ ਕੋਈ ਨਹੀਂ ਆਉਂਦਾ ਤਾਂ ਨਾ ਆਵੇ ਤੇ ਪਰ ਅਸੀਂ ਇਦਾਂ ਦਾ ਕੁਝ ਨਹੀਂ ਜੇ ਇਹਦਾ ਬੰਦਾ ਗਲਤ ਤਾਂ ਉਹਨੂੰ ਗਲਤ ਕਹਿਣਾ ਹੈ ਭਾਵੇਂ ਉਹ ਕਿਸੇ ਪਾਰਟੀ ਦਾ ਹੋਵੇ ਤੇ ਮੇਰਾ ਮੰਨਣਾ ਵੀ ਇਹ ਹੈ ਜੀ ਵੀ ਹਰ ਪਾਰਟੀ 'ਚ ਚੰਗੇ ਤੇ ਮਾੜੇ ਬੰਦੇ ਹੈਗੇ ਆ ਕੋਈ ਪਾਰਟੀ ਪੂਰੀ ਚੰਗੀ ਨਹੀਂ ਕੋਈ ਪਾਰਟੀ ਪੂਰੀ ਮਾੜੀ ਨਹੀਂ ਕੁਝ ਬੰਦੇ ਚੰਗੇ ਮਾੜੇ ਸਾਰਿਆਂ ਵਿੱਚ 2017 ਦੀਆਂ ਚੋਣਾਂ 'ਚ ਵੀ ਕਿਸੇ ਨੂੰ ਕੋਈ ਸਮਰਥਨ ਤਾਂ ਨਹੀਂ ਦੇਣਾ ਜਾਰੇ ਨਹੀਂ ਬਿਲਕੁਲ ਨਹੀਂ ਜੀ ਬਿਲਕੁਲ ਨਹੀਂ ਕੋਈ ਸਮਰਥਨ ਨਹੀਂ ਆ ਸਾਡਾ ਉਹਨੂੰ ਸਮਰਥਨ ਹੈ ਜਿਹੜਾ ਸਾਡੇ ਸਿਧਾਂਤਾਂ ਦੀ ਗੱਲ ਕਰੇ ਮਨੁੱਖਤਾ ਦੀ ਗੱਲ ਕਰੇ ਜਿੱਦੇ ਵਿੱਚ ਬੰਦਾ ਸੇਫ ਰਹਿ ਸਕੇ ਆਪਣੇ ਆਪ ਨੂੰ ਮਹਿਸੂਸ ਕਰ ਸਕੇ ਸਿਰ ਉੱਚਾ ਕਰਕੇ ਸੋਹਣਾ ਸਮਾਜ ਬਣਾ ਸਕੇ ਜਿਹੜਾ ਵੀ ਬੰਦਾ ਹੋਵੇ ਕਿਸੇ ਪਾਰਟੀ ਦਾ ਹੋਵੇ ਉਹੋ ਜੇ ਬੰਦੇ ਅੱਗੇ ਆਉਣੇ ਚਾਹੀਦੇ ਨੇ ਉਹਨਾਂ ਦੇ ਵਾਸਤੇ ਹਮੇਸ਼ਾ ਬੋਲਦਾ ਰਹਿਣਾ ਵੀ ਤੁਸੀਂ ਪਰਖੋ ਤੁਸੀਂ ਇਹਨਾਂ ਦੇ ਡੱਬੇ ਇਹਨਾਂ ਦੀਆਂ ਬੋਤਲਾਂ ਨਾ ਵੇਖੋ ਉਸੀਂ ਇਹ ਦੇਖੋ ਵੀ ਸਹੀ ਬੰਦੇ ਕੌਣ ਨੇ ਉਹਨਾਂ ਨੂੰ ਅੱਗੇ ਲੈ ਕੇ ਆਓ ਉਹਨਾਂ ਨੂੰ ਵੀ ਹੌਸਲਾ ਹੋਵੇ ਕਿ ਲੋਕ ਸਾਡੇ ਨਾਲ ਨੇ ਧੰਨਵਾਦ ਆ ਬਾਈ ਜੀ ਗੱਲਬਾਤ ਕਰਨੀ ਇਹ ਸਨ ਆ ਬਾਬਾ ਰਣਜੀਤ ਸਿੰਘ ਢੱਡਰੀਆਂ ਵਾਲੇ ਜਿਨ੍ਹਾਂ ਨੇ ਪੂਰੀ ਘਟਨਾ ਵਿਸਥਾਰ ਸਹਿਤ ਦੱਸੀ ਔਰ ਨਾਲ ਹੀ ਉਹਨਾਂ ਦਾ ਇਹ ਦਾਵਾਗਾ ਕਿ ਉਹ ਕਦੇ ਵੀ ਵਿਅਕਤੀਗਤ ਪੱਧਰ ਦੇ ਉੱਤੇ ਆਪਣੇ ਨਾਲ ਕਿਸੇ ਨੂੰ ਨਹੀਂ ਜੋੜਦੇ ਗੁਰੂ ਗ੍ਰੰਥ ਸਾਹਿਬ ਦੀ ਵਿਚਾਰਧਾਰਾ ਨਾਲ ਜੋੜਦੇ ਨੇ ਔਰ ਉਹਨਾਂ ਦਾ ਇਹ ਵੀ ਕਹਿਣਾ ਕਿ ਉਹ ਮਨਮਤ ਦਾ ਨਹੀਂ ਗੁਰਮਤ ਦਾ ਪ੍ਰਚਾਰ ਕਰਦੇ ਨੇ ਔਰ ਇਸ ਪੂਰੀ ਮਸਲੇ ਦੇ ਅੰਦਰ ਇਸ ਪੂਰੀ ਮੁਹਿੰਮ ਦੇ ਅੰਦਰ ਉਹ ਹਮੇਸ਼ਾ ਇਸੇ ਤਰ੍ਹਾਂ ਪ੍ਰਚਾਰ ਕਰਦੇ ਰਹਿਣਗੇ ਔਰ ਕਿਸੇ ਵੀ ਸਿਆਸੀ ਪਾਰਟੀ ਨੂੰ ਨਾ ਉਹਨਾਂ ਨੇ ਕਿਹਾ ਕਿ ਅਜੇ ਤੱਕ ਸਮਰਥਨ ਦਿੱਤਾਗਾ ਨਾ ਦੇਣਗੇ ਔਰ ਉਹਨੂੰ ਉਮੀਦ ਹੈ ਕਿ ਇਸ ਘਟਨਾ ਦਾ ਸੱਚ ਸਾਹਮਣੇ ਆਏਗਾ। ਕੈਮਰਾਮੈਨ ਗੋਲਛੰਦ ਦੇ ਨਾਲ ਯਾਦਵਿੰਦਰ ਸਿੰਘ এবੀਪੀ ਨਿਊਜ਼ ਪਟਿਆਲਾ